اعوذ باللہ من الشیطان الرجیم بسم اللہ الرحمن الرحیم السلام علیکم ورحمۃ اللہ وبرکاتہ شہراز کچن گارڈن خوش آمدید ویلکم کی جناب تنو اپنے کچن گارڈن امید کرنا سارے دوست ٹھیک ٹھاک ہوں گے سارے راضی خوشی ہوں گے سارے اپنے پیاروں نال پیار بانٹتے ہوئے محبت بانٹتے ہوئے اپنے نظامی زندگی نے صحیح طرح جی رہے ہوں گے سجنوں ویلیے دوستو جس طرح کہ تمہیں پتا ہے کہ ہفتہ وار اِسی ایپیسوڈ دے دیا تو کچن گارڈن سے دے دیا کچن گارڈن ویجیٹیبل ਅਤੇ ਦੇਈਦਾ ਠੀਕ ਹੈ ਅਤੇ ਟਿਪਸ ਦੇਈਦੇ ਨੇ ਤੁਹਾਨੂੰ ਅੱਛੇ ਅੱਛੇ ਸੋਹਣੇ ਸੋਹਣੇ ਆਈਡੀਆ ਦੇਈਦੇ ਨੇ ਤੁਸੀਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈੱਲ ਆਈਕਨ ਦੇ ਬਟਨ ਦਬਾਉਣਾ ਦੋਸਤਾਂ ਨਾਲ ਸ਼ੇਅਰ ਕਰਨਾ ਵੀਡੀਓ ਸਾਡੀ ਮੁਕੰਮਲ ਵੇਖਣੀ ਹੈ ਅਤੇ ਸੱਜਣੋ ਗੱਲ ਇਸ ਤਰ੍ਹਾਂ ਕਿ ਤੁਸੀਂ ਜਿਹੜੇ ਨਵੇਂ ਵਿਵਰਸ ਨੇ ਉਹ ਮੇਰੇ ਚੈਨਲ 'ਚ ਜਾਣ ਅਤੇ ਵੇਖਣ ਅਤੇ ਇਨਸ਼ਾਅੱਲਾ ਉਹਨਾਂ ਨੂੰ ਉਹਨਾਂ ਦੇ ਕੰਮ ਦੀਆਂ ਵੀਡੀਓ ਬੜੀਆਂ ਪਿਆਰੀਆਂ ਅਤੇ ਬੜੀਆਂ ਖੂਬਸੂਰਤ ਜਿਹੀਆਂ ਵੀਡੀਓ ਮਿਲਣਗੀਆਂ ਠੀਕ ਹੈ ਜਿਸ ਤਰ੍ਹਾਂ ਕਿ ਮੈਂ ਵੈਜੀਟੇਬਲ ਪਲਾਂਟ 'ਤੇ ਵੀਡੀਓ ਦੇਣਾ ਫਰੂਟ ਪਲਾਂਟ 'ਤੇ ਵੀਡੀਓ ਦੇਣਾ ਫਲਾਵਰ ਪਲਾਂਟ 'ਤੇ ਵੀਡੀਓ ਦੇਣਾ ਬੜੀਆਂ ਪਿਆਰੀਆਂ ਅਤੇ ਬੜੀਆਂ ਖੂਬਸੂਰਤ ਜਿਹੀਆਂ ਵੀਡੀਓ ਤੁਹਾਨੂੰ ਮਿਲਦੀਆਂ ਨੇ ਅਤੇ ਆਓ ਫਿਰ ਕਿਚਨ ਗਾਰਡਨ ਦੀ ਤੁਹਾਨੂੰ ਸੈਰ ਕਰਾਈਏ ਅਤੇ ਨਾਲ ਹੀ ਆਪਣਾ ਕੋਈ ਕੰਮ ਕਰੀਏ ਠੀਕ ਹੈ ਲਓ ਜੀ ਮਾਸ਼ਾਅੱਲਾ ਅਲਹਮਦੁਲਿਲਾ ਸਾਡੀ ਨਾ ਹਲਵਾ ਕੱਦੂ ਦੀ ਪੇਠੇ ਜੀ ਹਲਵਾ ਕੱਦੂ ਦੀ ਪੇਠਾ ਪੇਠੇ ਦੀ ਬੇਲ ਬਹੁਤ ਹੀ ਅੱਛੇ ਤਰੀਕੇ ਨਾਲ ਅਤੇ ਅੱਲਾ ਦੀਆਂ ਰਹਿਮਤਾਂ ਨਾਲ ਇਹ ਚੱਲ ਰਹੀ ਹੈ ਅਤੇ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਕਿ ਸਾਡੀ ਇਹ ਦੀਵਾਰ ਵੱਲ ਨੂੰ ਚੱਲੇ ਠੀਕ ਹੈ ਉੱਪਰ ਵੱਲ ਨੂੰ ਚੱਲੇ ਇਹ ਵਿੱਚ ਜਿਹੜੀ ਕਰੇਲੇ ਦੀ ਬੇਲ ਲਾਈ ਸੀ ਇਹਨੂੰ ਤਾਂ ਇਹਨੇ ਲੱਤਰ ਦਿੱਤਾ ਥੱਲੇ ਪਾ ਦਿੱਤਾ ਚਲੋ ਜੇ ਜਦਕਿ ਕਰੇਲਾ ਅੱਲਾ ਦੇਗਾ ਤਾਂ ਠੀਕ ਹੈ ਬਿਸਮਿਲ੍ਲਾ ਨਹੀਂ ਤਾਂ ਨਹੀਂ ਸਹੀ ਕੋਈ ਬਾਤ ਨਹੀਂ ਅਤੇ ਇਹ ਵੇਖੋ ਨਾ ਮਾਸ਼ਾਅੱਲਾ ਅਲਹਮਦੁਲਿਲਾ ਇਹ ਫਰੂਟ ਆ ਰਿਹਾ ਇਹਨੂੰ ਇਹ ਫੁੱਲ ਆ ਰਹੇ ਇਹੋ ਹੀ ਫੁੱਲ ਨੇ ਇਹਦੇ ਠੀਕ ਹੈ ਇਹਨਾਂ ਨੇ ਖਿਲਣਾ ਅਤੇ ਇੱਕ ਇਹ ਵੀ ਲੱਗਾ ਹੋਇਆ ਫੁੱਲ ਇਹਨੂੰ ਇਹ ਵਾਲਾ ਠੀਕ ਹੈ ਜੀ ਇਹਨੇ ਹਲੇ ਖੁੱਲਣਾ ਫੁੱਲ ਨੇ ਅਤੇ ਇੱਥੋਂ ਫਿਰ ਪੇਠੇ ਬਣਨਗੇ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਨੇ ਚਾਹਿਆ ਲਓ ਜੀ ਸਾਡੇ ਕਰੇਲੇ ਅਤੇ ਮਾਸ਼ਾਅੱਲਾ ਆਓ ਹਾਂ ਦੇਖੋ ਕਰੇਲੇ ਆਓ ਜੀ ਕਰੇਲੇ ਵੇਖੋ ਇਹ ਵੇਖੋ ਮਾਸ਼ਾਅੱਲਾ ਅੱਲਾ ਸੋਨੇ ਨੇ ਬਹੁਤ ਜ਼ਿਆਦਾ ਕਰੇਲੇ ਲਾਏ ਨੇ ਇੱਕ ਇਹ ਵੀ ਲੱਗਿਆ ਦੋ ਇਹ ਵੀ ਲੱਗੇ ਹੋਏ ਨੇ ਅਲਹਮਦੁਲਿਲਾ ਮੇਰੇ ਹੱਥ ਦੇ ਕੋਲ ਇੱਕ ਇਹ ਵੇਖੋ ਇਹ ਵੀ ਲੱਗਾ ਹੋਇਆ ਠੀਕ ਹੈ ਜੀ ਥੋੜ੍ਹਾ ਜਿਹਾ ਅੱਗੇ ਇਹ ਵੀ ਲੱਗਾ ਹੋਇਆ ਅਤੇ ਮਜ਼ੀਦ ਇਹ ਫੁੱਲ ਵੀ ਆ ਰਹੇ ਨੇ ਅਤੇ ਕਰੇਲੇ ਦੀ ਵੇਲ ਬਹੁਤ ਹੀ ਖੂਬਸੂਰਤੀ ਨਾਲ ਬੜੇ ਪਿਆਰੇ ਅੰਦਾਜ਼ ਨਾਲ ਜਿਸ ਤਰ੍ਹਾਂ ਕਿ ਹੁਣ ਸਾਡੇ ਬਾਰਿਸ਼ਾਂ ਹੋ ਰਹੀਆਂ ਨੇ ਇਹ ਵੀ ਕਰੇਲਾ ਲੱਗਾ ਠੀਕ ਹੈ ਜੀ ਬਟ ਇਹ ਵੇਖੋ ਮਾਸ਼ਾਅੱਲਾ ਅਲਹਮਦੁਲਿਲਾ ਕਿੱਡਾ ਵੱਡਾ ਲੱਗਾ ਹੋਇਆ ਠੀਕ ਹੈ ਅਤੇ ਮਜ਼ੀਦ ਹੋਰ ਵੀ ਹੋਏ ਇਹਦੇ ਵਿੱਚ ਹੋਣਗੇ ਕਰੇਲੇ ਕੋਈ ਲੱਗੇ ਕਿਉਂਕਿ ਕਾਫੀ ਦਿਨ ਹੋ ਗਏ ਨੇ ਮੈਂ ਇੱਧਰ ਨਹੀਂ ਆਇਆ ਮੈਂ ਮੇਰਾ ਟਾਈਮ ਨਹੀਂ ਲੱਗਾ ਲਓ ਜੀ ਇਹ ਕਿੱਡਾ ਮੋਟਾ ਮਾਸ਼ਾਅੱਲਾ ਅਲਹਮਦੁਲਿਲਾ ਕਰੇਲਾ ਲੱਗਾ ਹੋਇਆ ਠੀਕ ਹੈ ਜੀ ਆਓ ਜੀ ਵਿਖਾਈਏ ਤੁਹਾਨੂੰ ਹੋਰ ਅਤੇ ਆਓ ਜੀ ਅੱਜ ਕਰੀਏ ਇਹਦੀ ਸਫਾਈ ਅਤੇ ਨਾਲ ਥੋੜ੍ਹੀ ਜਿਹੀ ਕਰੀਏ ਇਹਦੀ ਗੋਡੀ ਕਿਉਂਕਿ ਇਹਦੀ ਸਫਾਈ ਗੋਡੀ ਕਰਨੇ ਆ ਕਰਕੇ ਤਾਂ ਫਿਰ ਤੁਹਾਨੂੰ ਇਹ ਨੇ ਭਿੰਡੀਆਂ ਦੇ ਪਲਾਂਟ ਦੋਸਤੋ ਉਸ ਤੋਂ ਮੈਂ ਤਰਾਸ਼ ਦਿੱਤੇ ਸਨ ਰੰਬੀ ਲੈ ਕੇ ਆਉਣਾ ਅਤੇ ਫਿਰ ਇਹਦੀ ਸਫਾਈ ਗੋਡੀ ਕਰ ਬਿਸਮਿਲ੍ਲਾ ਰਹਿਮਾਨ ਰਹੀਮ ਲਓ ਜੀ ਅਸੀਂ ਇਹਦੀ ਸਫਾਈ ਗੋਡੀ ਕਰਨੇ ਹਾਂ ਇਹ ਭਿੰਡੀਆਂ ਦੇ ਪਲਾਂਟ ਸਨ ਅਤੇ ਓਵਰ ਹੋ ਗਏ ਸਨ ਯਾਨੀ ਕਿ ਵੱਡੇ ਹੋ ਗਏ ਸਨ ਅਤੇ ਇਹਨਾਂ ਨੂੰ ਮੈਂ ਤਰਾਸ਼ਿਆ ਸੀ ਜਿਹੜੇ ਮੇਰੇ ਨਵੇਂ ਵਿਵਰਸ ਨੇ ਮੇਰੇ ਚੈਨਲ 'ਚ ਜਾਣਗੇ ਅਤੇ ਇਹਦੇ 'ਚ ਐਪੀਸੋਡ ਰੱਖੇ ਨੇ ਹਫ਼ਤਾਵਾਰ ਅਤੇ ਜਨਾਬ ਕਿਚਨ ਗਾਰਡਨ ਦੀਆਂ ਬੜੇ ਪਿਆਰੇ ਟਿਪਸ ਤੁਹਾਨੂੰ ਦੇਈਦੇ ਨੇ ਇਹ ਮੇਰੀਆਂ ਭਿੰਡੀਆਂ ਮੈਂ ਮਾਸ਼ਾਅੱਲਾ ਅਲਹਮਦੁਲਿਲਾ 65 ਦਿਨ 70 ਦਿਨ ਤਕਰੀਬਨ ਖਾਧੀਆਂ ਉਤਾਰ ਕੇ ਉੱਥੋਂ ਵੈਜੀਟੇਬਲ ਠੀਕ ਹੈ ਇਹਨਾਂ ਦੀ ਹਾਈਟ ਹੋ ਗਈ ਸੀ 4-4 ਫੁੱਟ ਅਤੇ ਇਹ ਅਰੇਂਜ ਤੋਂ ਬਾਹਰ ਹੋ ਰਹੀਆਂ ਸਨ ਅਤੇ ਲਟਕਣ ਰਹੀਆਂ ਸਨ ਅਤੇ ਮੈਂ ਇਹਨਾਂ ਨੂੰ ਤਰਾਸ਼ਿਆ ਤਰਾਸ਼ਣ ਦਾ ਤੁਹਾਨੂੰ ਆਈਡੀਆ ਦਿੱਤਾ ਠੀਕ ਹੈ ਜੀ ਅਤੇ ਜੇ ਤੁਹਾਡੀਆਂ ਭਿੰਡੀਆਂ ਵੱਡੀਆਂ ਹੋ ਗਈਆਂ ਨੇ ਸਾਵਣ ਭਾਦਰੋਂ ਦੇ ਹੁਣ ਸਾਵਣ ਦੇ ਦਿਨ ਚੱਲਣ ਡਏ ਨੇ ਤਕਰੀਬਨ ਸਾਵਣ ਚੜ ਗਿਆ ਠੀਕ ਹੈ ਯਾਨੀ ਕਿ ਜੁਲਾਈ ਜਿਹੜੀ ਹੈ ਨਾ ਉਹਦਾ ਲਾਗੇ ਲੱਗਿਆ ਕੰਮ ਯਾਨੀ ਕਿ ਜੁਲਾਈ ਪਹਿਲਾ ਹਫ਼ਤਾ ਗੁਜ਼ਰ ਗਿਆ ਠੀਕ ਹੈ ਜੀ ਅਤੇ ਯਾਨੀ ਕਿ ਹੁਣ ਇਹਨੂੰ ਅਸੀਂ ਸਾਵਣ ਕਹਿੰਦੇ ਹਾਂ ਸਾਵਣ ਦੇ ਦਿਨ ਬਾਰਿਸ਼ਾਂ ਦੇ ਦਿਨ ਇਹਨਾਂ ਦਿਨਾਂ 'ਚ ਤੁਹਾਡੀਆਂ ਭਿੰਡੀਆਂ ਵੱਡੀਆਂ ਹੋ ਗਈਆਂ ਨੇ ਅਤੇ ਮੇਰਾ ਬਿਹਤਰੀਨ ਮਸ਼ਵਰਾ ਤੁਹਾਨੂੰ ਇਹ ਹੈ ਕਿ ਉਹਨੂੰ ਉੱਤੋਂ ਐਸਾ ਤੁਸੀਂ ਕੱਟਣ ਨਾਲ ਕੱਟ ਦੇਣਾ ਜਿਸ ਤਰ੍ਹਾਂ ਕਿ ਇਹ ਕੱਟੀ ਹੈ ਨਾ ਮੈਂ ਐਸਾ ਕੱਟ ਦੇਣਾ ਠੀਕ ਹੈ ਇਹ ਵੀ ਕੱਟੀ ਹੋਈ ਹੈ ਇਹ ਕੱਟੀ ਹੈ ਸਾਰੀਆਂ ਕੱਟੀਆਂ ਹੋਈਆਂ ਨੇ ਦੁਬਾਰਾ ਫਿਰ ਇਹ ਮੋਢ ਤੋਂ ਫੁੱਟੀਆਂ ਨੇ ਅਤੇ ਫੁੱਟ ਕੇ ਅਤੇ ਅੱਲਾ ਨੇ ਕਰਮ ਕੀਤਾ ਅਤੇ ਇਹ ਸਾਰੀਆਂ ਚੱਲ ਗਈਆਂ ਨੇ ਸਾਡੀਆਂ ਮਾਸ਼ਾਅੱਲਾ ਇੱਕ ਇਹ ਪੌਦਾ ਡੈਮੇਜ ਹੋਇਆ ਅਤੇ ਇਹਨੂੰ ਅਸੀਂ ਕੱਢ ਦੇਣੇ ਇੱਕ ਇਹ ਡੈਮੇਜ ਹੋਇਆ ਇਹਨੂੰ ਅਸੀਂ ਕੱਢ ਦੇਣੇ ਆ ਠੀਕ ਹੈ ਜੀ
ਜਿਹੜੇ ਜਿਹੜੇ ਸਾਡੇ ਪੌਦੇ ਨਹੀਂ ਫੁੱਟੇ ਉਹਨਾਂ ਨੂੰ ਅਸੀਂ ਕੱਢ ਦੇਣੇ ਅਤੇ ਮਜ਼ੀਦ ਅਲਹਮਦੁਲਿਲਾ ਅੱਲਾਹ ਦੇ ਫਜ਼ਲ ਨਾਲ ਮਾਲਕ ਸੁਣੀ ਦੀ ਰਹਿਮਤ ਨਾਲ ਇਨਸ਼ਾਅੱਲਾ ਅਸੀਂ ਰਵਾਂਗੇ ਤੁਹਾਡੇ ਨਾਲ ਨਾ, ਅਤੇ ਤੁਸੀਂ ਹੁਣ ਸਾਡੇ ਨਾਲ ਸਾਥ ਹੀ ਦੇਣਾ, ਸਾਨੂੰ ਸਪੋਰਟ ਕਰੋ, ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤਾਂ ਕਿ ਤੁਹਾਨੂੰ ਵੈਜੀਟੇਬਲ ਪਲਾਂਟ 'ਤੇ ਸੋਹਣੀਆਂ ਸੁਥਰੇ ਆਈਡੀਆ ਮਿਲਣ, ਅਤੇ ਜੁਮੇ ਦੇ ਜੁਮੇ ਇਨਸ਼ਾਅੱਲਾ ਕੋਸ਼ਿਸ਼ ਕਰੀਦੀ ਹੈ ਕਿ ਸਾਡੀ ਤੁਹਾਡੀ ਕਿਚਨ ਗਾਰਡਨ 'ਚ ਮੁਲਾਕਾਤ ਹੋਏ, ਠੀਕ ਹੈ। ਬਾਕੀ ਅੱਲਾਹ ਵੱਲੋਂ ਰੁਜੂ ਕਰੋ, ਅੱਲਾਹ ਪਾਕ ਆਪਣੇ ਰਹਿਮ ਅਤੇ ਫਜ਼ਲ ਕਰਨਗੇ, ਅਤੇ ਮੁਸ਼ਕਲਾਂ ਵਕਤ ਦੇ ਨਾਲ ਨਾਲ ਹੀ ਨੇ ਦੋਸਤੋ, ਠੀਕ ਹੈ। ਸਾਡੇ 'ਤੇ ਵੀ ਮੁਸ਼ਕਲ ਵਕਤ ਕਦੀ ਕਦੀ ਆ ਜਾਂਦਾ, ਪਰ ਆਪਣੇ ਰੱਬ ਨੂੰ ਰੁਜੂ ਕਰੀਦਾ, ਆਪਣੇ ਅੱਲਾਹ ਵੱਲ ਰੁਜੂ ਕਰਕੇ, ਅਤੇ ਇਨਸ਼ਾਅੱਲਾ ਇਨਸ਼ਾਅੱਲਾ ਅੱਲਾਹ ਪਾਕ ਕੋਲੋਂ ਮਾਫ਼ੀ ਤਲਬ ਕਰੀਦੀ ਆ ਆਪਣੇ ਗੁਨਾਹਾਂ ਦੀ। ਲਓ ਜੀ, ਕਿੱਡੇ ਕਿੱਡੀ ਜਲਦੀ ਮਾਸ਼ਾਅੱਲਾ ਅਲਹਮਦੁਲਿਲਾ ਅਸੀਂ ਆਪਣੇ ਕੰਮ ਨੂੰ ਤੈਅ ਪਾ ਲਿਆ। ਲਓ ਜੀ, ਅਸੀਂ ਇਹਨੂੰ ਸਫਾਈ ਲਈ ਆ ਕਰ, ਇਹਦੇ ਵਿੱਚ ਬੂਟੀ ਕੋਈ ਨਹੀਂ ਰਹਿਣ ਦਿੱਤੀ, ਕੋਈ ਚੀਜ਼ ਨਹੀਂ ਰਹਿਣ ਦਿੱਤੀ, ਇਨਸ਼ਾਅੱਲਾ ਇਨਸ਼ਾਅੱਲਾ ਅੱਲਾਹ ਨੇ ਚਾਹਿਆ ਕਿ ਸਾਡਾ ਕੰਮ ਜਿਹੜਾ ਨਾ ਸੋਹਣਾ ਸੁਥਰਾ ਹੋਏਗਾ। ਅੱਗੇ ਚਲੀਏ ਜੀ, ਅੱਗੇ ਵੇਖੀਏ ਕਿ ਸਾਡੇ ਅਲਹਮਦੁਲਿਲਾ ਜੀ ਇਹ ਬੈਂਗਣ ਦੇ ਪਲਾਂਟ ਨੂੰ ਮੈਂ ਕੱਟਿਆ ਸੀ ਸਾਰਾ ਹੀ, ਇਹ ਦੇਖੋ ਨਾ, ਇਹ ਵੀ ਕੱਟਿਆ ਸੀ ਉਸੇ ਐਪੀਸੋਡ 'ਚ, ਤੀਸਰੇ ਐਪੀਸੋਡ 'ਚ, ਤਕਰੀਬਨ ਐਪੀਸੋਡ ਨੰਬਰ 50 'ਚ ਤਕਰੀਬਨ ਕੱਟਿਆ ਸੀ। ਇਹ ਸਾਰੀਆਂ ਕੱਟੀਆਂ ਸਨ ਅਲਹਮਦੁਲਿਲਾ ਮਾਸ਼ਾਅੱਲਾ, ਇਹਨੂੰ ਵੀ ਆ ਪਹਿਲਾ ਫਲਾਵਰ ਆ ਗਿਆ, ਅਤੇ ਇਹ ਦੂਸਰੇ ਫਲਾਵਰ ਦਾ ਯਾਨੀ ਕਿ ਬੈਂਗਣ ਤਿਆਰ ਹੋ ਰਿਹਾ, ਠੀਕ ਹੈ ਜੀ। ਅੱਗੇ ਆਓ ਜੀ, ਅੱਗੇ ਚੱਲੀਏ, ਇੱਕ ਇਹ ਬੈਂਗਣ ਦਾ ਪਲਾਂਟ ਲਾਇਆ, ਇਹਨੂੰ ਵੀ ਗੋਡੀ ਕਰਨੇ ਆ। ਇਹ ਪਿਛਲੇ ਹਫ਼ਤੇ ਮੈਂ ਲਾਇਆ ਸੀ ਬੈਂਗਣ ਦਾ ਪਲਾਂਟ, ਠੀਕ ਹੈ। ਇਹਨੂੰ ਵੀ ਫੁੱਲ ਆ ਰਿਹਾ, ਇਹਦਾ ਫੁੱਲ ਵੇਖੋ, ਇਹਦਾ ਫੁੱਲ ਅਜੀਬ ਹੈ, ਇਹ ਬਲੈਕ ਹੈ ਅਤੇ ਉਹ ਸਫੇਦ ਹੈ। ਦੋਨੋਂ ਬੈਂਗਣ ਅਸੀਂ ਲਾਏ ਨੇ ਅਲਹਮਦੁਲਿਲਾ, ਦੋਨੋਂ ਬੈਂਗਣ ਲਾਏ ਨੇ, ਇੱਕ ਸਫੇਦ ਬੈਂਗਣ ਲਾਇਆ ਅਤੇ ਇੱਕ ਲਾਇਆ ਅਸੀਂ ਬਲੈਕ ਆਪਣੇ ਕਿਚਨ ਗਾਰਡਨ 'ਚ, ਠੀਕ ਹੈ। ਅਤੇ ਲਾਏ ਕਾਹਦੇ 'ਚ ਨੇ, ਮੇਰਾ ਕੈਮਰਾਮੈਨ ਜ਼ਰਾ ਵਿਖਾ ਦੇ, ਟੋਪ 'ਚ ਲਾਏ ਹੋਏ ਨੇ ਅਲਹਮਦੁਲਿਲਾ। ਅਤੇ ਇਹ ਤੁਹਾਨੂੰ ਆਈਡੀਆ ਦੇਈਦਾ ਜਿਹਨਾਂ ਲੋਕਾਂ ਦੇ ਸੇਮ ਛੋਟੇ ਨੇ, ਜਾਂ ਘਰ ਦੀ ਛੱਤ 'ਤੇ ਗਾਰਡਨ ਬਣਾਉਣਾ ਚਾਹੁੰਦੇ ਨੇ, ਅਤੇ ਜਨਾਬ ਉਹ ਬਣਾ ਸਕਦੇ ਨੇ। ਲਓ ਜੀ, ਇੱਥੇ ਮੇਰੀਆਂ ਮਿਰਚੀਆਂ ਬਹੁਤ ਜ਼ਿਆਦਾ ਸਨ, ਜਦੋਂ ਸੀਜ਼ਨ ਲੋਕਾਂ ਦੀਆਂ ਹਲੇ ਮਿਰਚੀਆਂ ਨਹੀਂ ਸਨ ਆਈਆਂ, ਤਾਂ ਸਾਡੀਆਂ ਮਿਰਚੀਆਂ ਅਲਹਮਦੁਲਿਲਾ ਇੱਥੇ ਤਿਆਰ ਹੋ ਗਈਆਂ ਸਨ, ਅਤੇ ਆਹ ਮਿਰਚੀਆਂ ਉਹਨਾਂ ਤੋਂ ਉਤਾਰੀਆਂ। ਪੌਦੇ ਗਰਮੀ ਦੀ ਵਜ੍ਹਾ ਨਾਲ, ਲੂ ਦੀ ਸ਼ਿੱਦਤ ਦੀ ਵਜ੍ਹਾ ਨਾਲ ਬਹੁਤ ਹੀ ਜ਼ਿਆਦਾ ਖਰਾਬ ਹੋ ਗਏ, ਅਸਾਂ ਪੌਦੇ ਕੱਢ ਕੇ ਬਾਹਰ ਕੱਢ ਦਿੱਤੇ ਨੇ, ਅਤੇ ਨਵਾਂ ਪਲਾਂਟ ਅਸੀਂ ਨਾ ਪਿਛਲੇ ਐਪੀਸੋਡ 'ਚ ਲਾਇਆ, ਅਤੇ ਇਹਨੂੰ ਵੀ ਅਸੀਂ ਹੁਣ ਮਜ਼ੀਦ ਗੋਡੀ ਕਰਾਂਗੇ। ਅਤੇ ਇੱਕ ਐਲੋਵੇਰਾ ਦਾ ਸਾਡਾ ਪਲਾਂਟ ਹੈ, ਛੋਟਾ ਜਿਹਾ ਨਮੂਨਾ। ਬਾਕੀ ਇਹ ਐਲੋਵੇਰੇ ਸਾਡੇ ਦੇਖੋ ਮਾਸ਼ਾਅੱਲਾ, ਬੜੇ ਪਿਆਰੇ ਅਤੇ ਬੜੀ ਖੂਬਸੂਰਤੀ ਨਾਲ ਸਾਰੇ ਚੱਲ ਰਹੇ ਨੇ। ਇਹ ਮੈਂ ਸ਼ੈਲ 'ਚ ਲਾਇਆ, ਇਹਨੂੰ ਦੱਸਣਾ ਕਿ ਸ਼ੈਲ ਮੇਰਾ ਕੈਮਰਾਮੈਨ ਖਾਏਗਾ, ਠੀਕ ਹੈ ਜੀ। ਅਤੇ ਦੋਸਤੋ, ਇੱਕ ਹੋਰ ਮਜ਼ੇਦਾਰ ਚੀਜ਼, ਇਹ ਮੈਂ ਪਿਛਲੇ ਐਪੀਸੋਡ 'ਚ ਪਿਛਲੇ ਹਫ਼ਤੇ ਇਹ ਮੈਂ ਲਾਇਆ ਸੀ ਪੁਦੀਨਾ, ਇੱਥੋਂ ਤੋੜ ਕੇ, ਇੱਥੋਂ ਕੱਟ ਕੇ ਪੁਦੀਨਾ ਲਾਇਆ ਸੀ, ਸਾਡਾ ਪੁਦੀਨਾ ਚੱਲ ਪਿਆ, ਅਤੇ ਇੱਕ ਹੋਰ ਪੋਟ ਇਹਦੇ ਨਾਲ ਦੇ ਖਾਲੀ ਪਿਆ, ਉਸ ਪੋਟ 'ਚ ਫਿਰ ਅਸੀਂ ਪੁਦੀਨਾ ਲਾਵਾਂਗੇ, ਤਾਂ ਕਿ ਸਾਨੂੰ ਅਗਲੇ ਦਿਨਾਂ 'ਚ 10ਵੇਂ 11ਵੇਂ ਮਹੀਨੇ 9ਵੇਂ ਮਹੀਨੇ 'ਚ ਪੁਦੀਨਾ ਮੁੱਲ ਲਿਆਉਣਾ ਨਾ ਪਏ, ਠੀਕ ਹੈ ਜੀ। ਅਸੀਂ ਫਿਰ ਇਹਨੂੰ ਕੱਟਨੇ ਹਾਂ, ਅਤੇ ਕੱਟ ਕੇ ਆਪਣੇ ਪੁਦੀਨੇ ਨੂੰ ਲਾਉਂਦੇ ਹਾਂ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਇੱਕ ਕੁੰਪਲ ਕੱਟੀ ਗਈ ਹੈ, ਅਤੇ ਲਓ ਜੀ ਉਹਨੂੰ ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਹੀ ਮੈਂ ਪਿਛਲੇ ਹਫ਼ਤੇ ਵੀ ਲਾਇਆ ਸੀ। ਜਿਹੜੇ ਨਵੇਂ ਵੀਵਰਸ ਨੇ ਉਹਨਾਂ ਵਾਸਤੇ ਬਿਲਕੁਲ ਅਤੇ ਬਿਹਤਰੀਨ ਅਤੇ ਪਿਆਰਾ ਅਤੇ ਖੂਬਸੂਰਤ ਜਿਹਾ ਟਿਪਸ ਹੈ ਜਨਾਬ, ਇਸ ਤਰ੍ਹਾਂ ਕਰਕੇ ਆਪਣਾ ਪੁਦੀਨਾ ਤੁਸੀਂ ਲਾ ਸਕਦੇ ਹੋ ਆਪਣੇ ਕਿਚਨ ਗਾਰਡਨ 'ਚ ਕੁੰਪਲ ਤੋਂ ਤੋੜ ਕੇ। ਯਾਨੀ ਕਿ ਐਸਾ ਨਹੀਂ ਸੋਚਣਾ ਕਿ ਪਤਾ ਨਹੀਂ ਕਿੱਥੋਂ ਪੁਦੀਨੇ ਦਾ ਬੀਜ ਲੈਣ ਜਾਣਾ ਅਸੀਂ, ਤਾਂ ਕੀ ਕਰਾਂਗੇ ਅਤੇ ਕਿਸ ਤਰ੍ਹਾਂ ਹੋਏਗਾ। ਨਹੀਂ ਨਹੀਂ ਦੋਸਤੋ, ਇਹਦੇ ਪੁਦੀਨੇ ਦੀ ਕੁੰਪਲ ਲਾਉਣੀ ਹੈ, ਬਸ ਥੋੜ੍ਹਾ ਜਿਹਾ ਮੌਸਮ ਦਾ ਹਿਸਾਬ ਰੱਖਣਾ ਹੁੰਦਾ ਕਿ ਕਿਹੜੇ ਮੌਸਮ 'ਚ ਪੁਦੀਨੇ ਦੀ ਕੁੰਪਲ। ਮਾਸ਼ਾਅੱਲਾ ਬੜੀ ਪਿਆਰੀ ਖੁਸ਼ਬੂ ਆ ਰਹੀ ਹੈ ਪੁਦੀਨੇ ਦੀ, ਬਹੁਤ ਹੀ ਖੂਬਸੂਰਤ ਹੈ। ਹਾਂ ਦੋਸਤੋ, ਪੁਦੀਨੇ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਪਲਾਂਟ ਹੈ, ਉਹ ਵੀ ਮੈਂ ਤੁਹਾਨੂੰ ਅੱਜ ਵਿਖਾਉਣਾ, ਉਹਦੀ ਖਾਸੀਅਤ ਵਿਖਾਉਣਾ। ਅੱਗੇ ਵੀ ਮੈਂ ਮੁਖਤਲਿਫ ਜਗ੍ਹਾ 'ਤੇ ਉਹਦੀ ਤੁਹਾਡੇ ਨਾਲ ਉਹਦੀ ਗੁਫ਼ਤਗੂ ਕੀਤੀ ਹੈ ਮੁਖਤਲਿਫ ਮੌਜ਼ੂਆਂ 'ਤੇ, ਠੀਕ ਹੈ। ਉਹਦੇ 'ਤੇ ਵੀਡੀਓ ਕਾਫੀ ਰੱਖੀਆਂ ਨੇ ਮੈਂ ਆਪਣੇ ਚੈਨਲ 'ਚ, ਅਤੇ ਡੇਲੀ ਵਲਾਗ ਦੇਈਦਾ ਪੌਦਿਆਂ ਜਾਤ 'ਤੇ, ਪੌਦੇ ਜਾਤ 'ਤੇ ਡੇਲੀ ਵਲਾਗ ਦੇਈਦਾ। ਅਲਹਮਦੁਲਿਲਾ ਇਹ ਸਾਡਾ ਤਿਆਰ ਹੈ, ਅਤੇ ਇਹ ਅਸੀਂ ਨਵਾਂ ਲਾ ਦਿੱਤਾ, ਇਹਨਾਂ ਨੂੰ ਲਾ ਕੇ ਰੱਖਾਂਗੇ ਅਸੀਂ ਇੱਥੇ, ਠੀਕ ਹੈ ਦੋਸਤੋ। ਲਓ ਜੀ, ਇਹਨਾਂ ਨੂੰ ਲਾ ਕੇ ਅਸੀਂ ਇੱਥੇ ਰੱਖ ਦਿੱਤਾ।
ਹੁਣ ਅਗਲੀ ਗੱਲ ਕਿਹੜੀ ਹੈ ਕਿ ਸਾਡੇ ਪਪੀਤੇ ਦੇ ਨੰਨੇ ਮੁੰਨੇ ਪਲਾਂਟ ਨੇ ਅਤੇ ਜਨਾਬ ਇਹ ਜੋੜੀ ਦੀ ਜੋੜੀ ਇਹਦੇ ਵਿੱਚ ਉੱਗੀ ਹੈ। ਬੀਜ ਲਾਏ ਸਨ ਅਤੇ ਕੁਛ ਬੀਜ ਚੁੱਕ ਕੇ ਮੈਂ ਤਾਂ ਨਰਸਰੀ 'ਚ ਲੈ ਗਿਆ ਅਖੇਰ ਕੇ, ਅਤੇ ਇਹ ਇੱਕ ਪਲਾਂਟ ਮੈਂ ਰਹਿਣ ਦਿੱਤਾ ਅਤੇ ਇੱਕ ਦੇ ਨਾਲ ਇੱਕ ਹੋਰ ਉੱਗ ਗਿਆ, ਠੀਕ ਹੈ, ਯਾਨੀ ਕਿ ਦੋ ਹੋ ਗਏ। ਲਓ ਜੀ ਅਸੀਂ ਇਹਨਾਂ ਨੂੰ ਵੀ ਗੋਡੀ ਕਰਨੇ ਆ। ਹੁਣ ਸਾਡਾ ਇਹ ਜਿਹੜਾ ਇਹ ਅਸੀਂ ਮੈਂ ਪਲਾਂਟ ਲਿਆਉਂਦੇ ਸਨ ਅਤੇ ਜਨਾਬ ਲਿਆ ਕੇ ਇੱਕ ਦੋਸਤ ਕੋਲੋਂ ਸੜੇ ਜਿਹੇ ਮਰੇ ਜਿਹੇ ਪਲਾਂਟ ਲਿਆ ਕੇ ਅਤੇ ਲਾਏ ਸਨ। ਇਹ ਵੀ ਮੈਂ ਤੁਹਾਨੂੰ ਸਾਰੀ ਇਹਦੇ ਵਿੱਚ ਕਦੀ ਵੀ ਕੰਮ ਐਸਾ ਨਹੀਂ ਕੀਤਾ, ਪਾਣੀ ਪਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਥੋੜ੍ਹੀ ਜਿਹੀ ਹਿਫਾਜ਼ਤ ਤੋਂ ਇਲਾਵਾ। ਅਤੇ ਇਹ ਵੀ ਮਾਸ਼ਾਅੱਲਾ ਅਲਹਮਦੁਲਿਲਾ ਕਿਹੜਾ ਖੂਬਸੂਰਤ ਅਤੇ ਕਿਹੜਾ ਪਿਆਰਾ, ਇਹ ਵੀ ਸਾਡਾ ਪਲਾਂਟ ਹੈ ਅਤੇ ਇਹਦਾ ਵੀ ਵੇਖੋ ਕਿੱਡਾ ਸੋਹਣਾ। ਅਤੇ ਇਹ ਘਰ ਦੇ ਵਿੱਚ ਬੋਹਰ ਦੇ ਪੌਦੇ ਨੂੰ ਲਾਉਣ ਦੀ ਤੁਹਾਨੂੰ ਤਰਤੀਬ ਦਿੱਤੀ ਸੀ ਕਿ ਇਹਦੀ ਕਟਿੰਗ ਕਰਕੇ ਤੁਸੀਂ, ਐਸਾ ਨਹੀਂ ਕਿ ਬੋਹਰ ਦਰਖਤ ਹੀ ਹੁੰਦਾ, ਬੋਹਰ ਗਮਲੇ ਦੇ ਵਿੱਚ ਵੀ ਬੜਾ ਪਿਆਰਾ ਅਤੇ ਬਹੁਤ ਹੀ ਖੂਬਸੂਰਤ ਹੋ ਜਾਂਦਾ, ਠੀਕ ਹੈ ਜੀ। ਇਹਦੀ ਵੀ ਤੁਹਾਨੂੰ ਵੀਡੀਓ ਦਿੱਤੀ ਸੀ, ਠੀਕ ਹੈ ਜੀ। ਗੱਲ ਉੱਥੇ ਮੇਰੀ ਰਹਿ ਗਈ ਕਿ ਮੈਂ ਕਦੀ ਵੀ ਐਸਾ ਨਹੀਂ ਕੀਤਾ ਕਿ ਮੈਂ ਆਪਣੇ ਕਿਚਨ ਗਾਰਡਨ 'ਚ ਕੋਈ ਕੰਮ ਕਰਦਾ ਹਾਂ ਅਤੇ ਮੈਂ ਆਪਣੇ ਦੋਸਤਾਂ ਨੂੰ ਦੱਸਾਂ ਨਾ, ਕਿਉਂਕਿ ਹਫ਼ਤਾ ਬਾਅਦ ਵੀਡੀਓ ਦੇਣੀ ਹੁੰਦੀ ਤਾਂ ਹਫ਼ਤੇ ਬਾਅਦ ਹੀ ਇਹਦੇ 'ਚ ਕੋਈ ਪਲਾਂਟ ਨਵਾਂ ਲਾਈਦਾ, ਠੀਕ ਹੈ, ਅਤੇ ਨਵਾਂ ਲਾ ਕੇ ਫਿਰ ਦੱਸੀਦਾ ਕਿ ਬਈ ਇਹ ਸਾਡਾ ਪਲਾਂਟ ਜਲ ਗਿਆ ਜਾਂ ਇਹ ਮਰ ਗਿਆ ਜਾਂ ਇਹ ਸਹੀ ਹੋ ਗਿਆ ਜਾਂ ਇਹ ਖਰਾਬ ਹੋ ਗਿਆ, ਠੀਕ ਹੈ ਜੀ। ਆਓ ਫਿਰ ਨਵੇਂ ਪਲਾਂਟ ਵੱਲ ਨੂੰ ਇੱਧਰ ਨੂੰ ਚਲੀਏ ਅਤੇ ਇਹ ਤੁਹਾਨੂੰ ਮੈਂ ਵਿਖਾਵਾਂ। ਇਹ ਮਾਸ਼ਾਅੱਲਾ ਅਲਹਮਦੁਲਿਲਾ ਮੇਰਾ ਨਿਆਜ਼ ਬੋਝ ਦਾ ਪੌਦਾ। ਇਹਨੂੰ ਹਿੰਦੀ ਜ਼ਬਾਨ 'ਚ ਇਹਨੂੰ ਤੁਲਸੀ ਕਿਹਾ ਜਾਂਦਾ ਹੈ ਅਤੇ ਜਨਾਬ ਮੇਰੇ ਪਿਆਰੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਬਾਨ ਜਿਹੜੀ ਅਰਬੀ ਜ਼ਬਾਨ ਹੈ ਉਹਦੇ 'ਚ ਦੋਸਤੋ ਇਹਨੂੰ ਕਿਹਾ ਜਾਂਦਾ ਹੈ ਰੇਹਾਨ, ਠੀਕ ਹੈ ਜੀ। ਤੁਲਸੀ, ਰੇਹਾਨ, ਨਿਆਜ਼ਬੋ, ਅਤੇ ਮੈਂ ਸਮਝਦਾ ਇਹਨੂੰ ਪੁਦੀਨ ਹਰਾ ਵੀ ਲੋਕ ਕਹਿੰਦੇ ਹੋਣਗੇ, ਬਾਕੀ ਜੇ ਨਹੀਂ ਕਹਿੰਦੇ ਤਾਂ ਬਾਈ ਮੈਨੂੰ ਨਹੀਂ ਪਤਾ, ਮੈਂ ਤਾਂ ਆਪਣੇ ਸਮਝ ਨਾਲ ਹੀ ਕਹਿਣ ਡਿਆ ਕਿ ਪੁਦੀਨ ਹਰਾ ਵੀ ਇਹਦਾ ਹੀ ਨਾਂ ਹੋਏਗਾ। ਪੁਦੀਨ ਹਰਾ, ਨਿਆਜ਼ਬੋ ਅਤੇ ਜਨਾਬ ਤੁਲਸੀ ਅਤੇ ਰੇਹਾਨ, ਇਸੇ ਪੌਦੇ ਦਾ ਨਾਮ ਹੈ ਅਤੇ ਇਹਨੂੰ ਮੈਂ ਗੋਡੀ ਕਰਨੇ ਆ ਅਤੇ ਖੁਸ਼ਬੂ ਬਹੁਤ ਹੀ ਪਿਆਰੀ ਅਤੇ ਬੜੀ ਖੂਬਸੂਰਤ ਜੀ ਆ ਰਹੀ ਹੈ, ਠੀਕ ਹੈ। ਲਓ ਜੀ ਇਹ ਸਾਡਾ ਜਿਹੜਾ ਜੀ ਨਾ ਇਹ ਵਾਲਾ ਇਹ ਪਲਾਂਟ ਵੇਖੋ ਕਿਹੜਾ ਖੂਬਸੂਰਤ ਅਤੇ ਕਿੱਡਾ ਹੀ ਸੋਹਣਾ ਅਤੇ ਸੁਥਰਾ ਪਲਾਂਟ ਹੈ ਅਤੇ ਜਨਾਬ ਇਸ ਪਲਾਂਟ ਨੂੰ ਅੰਜੀਰ ਕਹਿੰਦੇ ਨੇ, ਠੀਕ ਹੈ, ਇਹ ਅੰਜੀਰ ਦਾ ਪਲਾਂਟ ਹੈ। ਆਓ ਫਿਰ ਅੱਜ ਇੱਕ ਸੋਹਣਾ ਸੁਥਰਾ ਅਤੇ ਸਾਫ਼ ਸੁਥਰਾ ਕੰਮ ਕਰੀਏ ਅਤੇ ਕਿਹੜਾ ਕਰੀਏ ਉਹ ਕਿ ਇਹ ਪਲਾਂਟ ਹੈ, ਛੱਡੋ ਜੀ ਇਹ ਪਲਾਂਟ ਹੈ ਅਤੇ ਇਸ ਪਲਾਂਟ ਦੀਆਂ ਅਸੀਂ ਕੌਂਪਲਾਂ ਕੱਟਣੀਆਂ ਨੇ ਕੈਂਚੀ ਦੀ ਮਦਦ ਨਾਲ ਕੱਟ ਕੇ ਅਤੇ ਇਹਨੂੰ ਵੀ ਅਸੀਂ ਗਮਲੇ 'ਚ ਲਾਉਣੇ, ਇਹਨੂੰ ਵਧਾਉਣੇ ਆ ਕਿਉਂਕਿ ਬਾਰਿਸ਼ਾਂ ਦੇ ਦਿਨ ਆ ਗਏ ਨੇ, ਇਹਦੀ ਵੀ ਜਰਮੀਨੇਸ਼ਨ ਕਰਨੀ ਹੈ। ਇਹਦੀ ਇੱਕ ਇਹ ਮੈਂ ਕੈਂਚੀ ਦੀ ਮਦਦ ਨਹੀਂ ਇਸੇ ਤਰ੍ਹਾਂ ਵੀ ਹੱਥ ਦੇ ਵਿੱਚ ਇਸ ਤਰ੍ਹਾਂ ਤੋੜਾਂਗੇ, ਬਹੁਤ ਹੀ ਸੋਫਟੀ ਅਤੇ ਨਰਮ ਨਾਜ਼ੁਕ ਹੁੰਦਾ ਇਹ, ਇੱਕ ਤੋੜ ਲਈ ਹੈ, ਦੂਸਰੀ ਅਸੀਂ ਇੱਥੋਂ ਤੋੜਾਂਗੇ। ਲਓ ਜੀ ਇਹ ਵੀ ਤੋੜ ਲਈ ਹੈ। ਇਹਨੂੰ ਦੇਸੀ ਇਹਨੂੰ ਪਤਾ ਕੀ ਕਿਹਾ ਜਾਂਦਾ, ਪਹਾੜੀ ਪੱਥਰ ਜੱਟ ਕਿਹਾ ਜਾਂਦਾ ਇਹ ਪਲਾਂਟ, ਪਹਾੜੀ ਪੱਥਰ ਜੱਟ ਦਾ ਪਲਾਂਟ ਹੈ। ਇਹ ਮੇਰੇ ਕੋਲ ਲੱਗਾ ਹੋਇਆ, ਕਾਫ਼ੀ ਵੱਡਾ, ਮੇਰਾ ਕੈਮਰਾਮੈਨ ਥੱਲੇ ਤੱਕ ਵਿਖਾਉਣ ਦੀ ਕੋਸ਼ਿਸ਼ ਕਰਨਗੇ ਨਾ ਅਤੇ ਇਨਸ਼ਾਅੱਲਾ ਤੁਹਾਨੂੰ ਸਹੀ ਤਰ੍ਹਾਂ ਨਜ਼ਰ ਆਏਗਾ ਅਤੇ ਇਹ ਸਾਡਾ ਪਹਾੜੀ ਪੱਥਰ ਜੱਟ ਦਾ ਪਲਾਂਟ ਹੈ। ਇਹ ਦੋਸਤੋ ਦੋ ਤਿੰਨ ਤਰੀਕੇ ਨਾਲ ਤਿਆਰ ਹੁੰਦਾ, ਜਿਸ ਤਰ੍ਹਾਂ ਕਿ ਇਹ ਤੁਸੀਂ ਇਹਦੇ ਕਿਨਾਰੇ 'ਤੇ ਦੇਖ ਰਹੇ ਹੋ, ਇਹ ਵਾਲੇ ਇਹ ਸਾਰੇ ਇਹਦੇ ਬੇਬੀ ਨੇ, ਇਹ ਸਾਰੇ ਇਹਦੇ ਬੀਜ ਨੇ, ਇਹ ਵਾਲੇ ਇਹ ਮੇਰੇ ਹੱਥ ਦੇ ਜਿਹੜਾ ਬੀਜ ਆਇਆ ਨਾ ਇਹ ਇਹਦਾ ਬੀਜ ਹੀ ਹੈ, ਠੀਕ ਹੈ। ਇਹ ਇੱਥੋਂ ਹੀ ਉੱਗਦਾ, ਇੱਥੋਂ ਹੀ ਚੱਲਦਾ ਅਤੇ ਇੱਥੋਂ ਹੀ ਵੱਧਦਾ ਅਤੇ ਜਿਹੜਾ ਸਭ ਤੋਂ ਆਸਾਨ ਅਤੇ ਸਭ ਤੋਂ ਫਰੈਸ਼ ਅਤੇ ਸਭ ਤੋਂ ਤੇਜ਼ੀ ਨਾਲ ਚੱਲਣ ਵਾਲਾ ਤਰੀਕਾ ਉਹ ਇਹ ਹੀ ਹੈ ਕਿ ਤੁਸੀਂ ਫਰਵਰੀ ਮਾਰਚ ਦੇ ਦਿਨਾਂ 'ਚ ਜਾਂ ਤੁਸੀਂ 8ਵੇਂ 9ਵੇਂ ਮਹੀਨੇ 'ਚ, ਠੀਕ ਹੈ ਜੀ, 7ਵੇਂ ਮਹੀਨੇ ਦੀ 15-20 ਤਰੀਕ ਤੋਂ ਬਾਅਦ, ਯਾਨੀ ਕਿ ਹੁਣ ਜਿਹੜਾ ਚੱਲ ਰਿਹਾ 7ਵਾਂ ਮਹੀਨਾ ਤਕਰੀਬਨ ਚੱਲਣ ਡਿਆ, ਹੁਣ ਬੜਾ ਟਾਈਮ ਬੈਸਟ ਹੈ, ਬਾਰਿਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਠੀਕ ਹੈ ਜੀ। ਮੈਂ ਜੂਨ ਦੇ 10 ਤਰੀਕ ਤੋਂ ਬਾਅਦ ਤਕਰੀਬਨ ਤੁਸੀਂ ਇਹ ਅਮਲ ਕਰ ਸਕਦੇ ਹੋ ਅਤੇ ਆਪਣੇ ਪਲਾਂਟ ਨੂੰ ਲਾ ਸਕਦੇ ਹੋ। ਲਓ ਜੀ ਇਹ ਮਾਸ਼ਾਅੱਲਾ ਅਲਹਮਦੁਲਿਲਾ ਮੈਂ ਕੱਦੂ ਦੇ ਪਲਾਂਟ ਅਤੇ ਜਨਾਬ ਹੋਰ ਪਤਾ ਨਹੀਂ ਕੀ, ਇਹ ਹਰਵਾਂ ਮੈਨੂੰ ਯਾਦ ਆ ਗਿਆ, ਇਹ ਹਰਵਾਂ ਦਾ ਪੌਦਾ ਲਾਇਆ ਸੀ ਅਤੇ ਹਰਵਾਂ ਦਾ ਪੌਦਾ ਹੀ ਮੇਰਾ ਉੱਗ ਗਿਆ। ਦੋਸਤੋ ਇਹ ਮੈਂ ਕੱਦੂ ਦੇ ਪੌਦੇ ਲਾਏ ਸਨ, ਕੱਦੂ ਦੇ ਬੀਜ ਲਾਏ ਸਨ, ਮਾਸ਼ਾਅੱਲਾ ਅਲਹਮਦੁਲਿਲਾ ਸਾਡੇ ਕੱਦੂ ਦੇ ਪੌਦੇ ਵੀ ਉੱਗੇ ਨੇ ਅਤੇ ਮਜ਼ੀਦ ਵੀ ਵੇਖਣੇ ਆ, ਜਿਹੜੇ ਉੱਗਦੇ ਨੇ ਫਿਰ ਵੀ ਬਿਸਮਿਲਾ ਅਤੇ ਜਿਹੜੇ ਨਹੀਂ ਉੱਗੇ ਇਹ ਵੀ ਹਰਵਾਂ ਮੈਂ ਤਕਰੀਬਨ ਸਾਡਾ ਇਹ ਵੀ ਹਰਵਾਂ ਉੱਗਣ ਡਿਆ, ਠੀਕ ਹੈ ਜੀ। ਇੱਕ ਇਹ ਪਲਾਂਟ ਛੋਟਾ ਜਿਹਾ ਉੱਗਣ ਡਿਆ।
ਠੀਕ ਹੈ ਜੀ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਅੱਛੇ ਤਰੀਕੇ ਨਾਲ ਵਿਖਾ ਰਿਹਾ, ਇਹ ਮੈਂ ਪਿਛਲੇ ਐਪੀਸੋਡ 'ਚ ਲਾਏ ਸਨ, ਯਾਨੀ ਕਿ 8 ਦਿਨ ਬਾਅਦ ਮੁਲਾਕਾਤ ਕਰਾਉਣ ਲੱਗਾ। ਲਓ ਜੀ ਇਹ ਪਾਣੀ ਹੁਣ ਰਾਤ ਬਾਰਿਸ਼ ਅੱਜ ਹੀ ਸਾਡੇ ਇੱਥੇ ਹੋਈ ਹੈ, ਫਿਰ ਦੁਬਾਰਾ 8 ਦਿਨ ਬਾਅਦ ਹੀ ਬਾਰਿਸ਼ ਹੋਈ ਹੈ ਤਕਰੀਬਨ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਮੇਰੇ ਅੱਲਾਹ ਤੋਂ ਹੀ ਮਦਦ ਕਰਨ ਵਾਲਾ। ਲਓ ਜੀ ਮੱਟੀ ਹੈ ਨਰਮ ਸਾਡੀ, ਵੇਖਣੇ ਵਾਲਾ ਜਾਂਦਾ ਕਿ ਨਹੀਂ ਮੱਟੀ ਦੇ ਅੰਦਰ। ਲਓ ਜੀ ਅਲਹਮਦੁਲਿਲਾ ਅਲਹਮਦੁਲਿਲਾ ਅਲਹਮਦੁਲਿਲਾ। ਲਓ ਜੀ ਇਹ ਅੱਛੇ ਤਰੀਕੇ ਨਾਲ ਅਸੀਂ ਲਾ ਦਿੱਤਾ, ਠੀਕ ਹੈ। ਇਹ ਅੱਜ ਕੱਲ੍ਹ ਇਸ ਤਰ੍ਹਾਂ ਹੀ ਆਸਾਨ, ਇਹ ਪਹਾੜੀ ਪੱਥਰ ਚੜ੍ਹ ਦਾ ਪਲਾਂਟ ਹੈ, ਜੇ ਤੁਹਾਡੇ ਗਾਰਡਨ 'ਚ ਹੈਗਾ ਤਾਂ ਬੜੀ ਅੱਛੀ ਗੱਲ ਹੈ, ਅਤੇ ਜੇ ਨਹੀਂ ਤਾਂ ਕਿਸੇ ਦੋਸਤ ਕੋਲੋਂ ਟਿਸ਼ੂ ਪੇਪਰ ਦੇ ਵਿੱਚ ਲਪੇਟ ਕੇ ਤੁਹਾਨੂੰ ਅੱਛੇ ਤਰੀਕੇ ਨਾਲ ਟਿਸ਼ੂ ਦੇ ਵਿੱਚ, ਯਾਨੀ ਕਿ ਇਹ ਖੁਸ਼ਕ ਨਾ ਹੋਏ ਤਾਂ ਤੁਹਾਡੇ ਤੱਕ ਪਹੁੰਚਾ ਦੇ, ਅਤੇ ਜਨਾਬ ਤੁਸੀਂ ਇਹਨੂੰ ਕਰ ਸਕਦੇ ਹੋ। ਇਹ ਪੱਥਰੀ ਵਾਸਤੇ, ਮਸਾਨੇ ਦੀ ਦਰਦ ਵਾਸਤੇ, ਮਸਾਨੇ ਵਾਸਤੇ, ਪੱਥਰੀ ਵਾਸਤੇ, ਗੁਰਦੇ ਦੀ ਦਰਦ ਵਾਸਤੇ, ਪੇਟ ਦੀਆਂ ਬਿਮਾਰੀਆਂ ਵਾਸਤੇ ਬਹੁਤ ਹੀ ਕਾਬਲ ਪਲਾਂਟ ਹੈ। ਅਤੇ ਦੋਸਤੋ ਇਹਨੂੰ ਨਰਨੇ ਪੇਟ ਤੁਸੀਂ ਖਾਣਾ, ਅਤੇ ਬਹੁਤ ਹੀ ਅੱਛਾ ਇਹਦਾ ਪੱਤਾ ਹੈ, ਇਹਦਾ ਪੱਤਾ ਇੱਕ ਲੈ ਕੇ ਅਤੇ ਨਰਨੇ ਪੇਟ ਖਾਣਾ। ਲਓ ਫਿਰ ਅੱਗੇ ਚਲੀਏ, ਅਤੇ ਅੱਗੇ ਤੁਹਾਨੂੰ ਇਹ ਹਰਵਾਂ ਵਿਖਾਈਏ। ਮਾਸ਼ਾਅੱਲਾ ਵੇਖੋ ਜੀ, ਇਹ ਹਰਵਾਂ ਦਾ ਪੌਦਾ ਮੇਰਾ ਉੱਗ ਗਿਆ, ਉਹ ਪੜਾਂ ਵੀ ਦੋ ਉੱਗ ਗਏ ਨੇ, ਅਤੇ ਇਹਦੇ ਵਿੱਚ ਹਲੇ ਕੋਈ ਨਹੀਂ ਉੱਗਾ, ਇਹਦੇ 'ਚ ਕੋਈ ਨਹੀਂ ਹਲੇ ਉੱਗਾ, ਅਤੇ ਉਹਦੇ ਵਿੱਚ ਵੀ ਅਲਹਮਦੁਲਿਲਾ ਦੋ ਪੌਦੇ ਸਾਡੇ ਉਹਦੇ 'ਚ ਵੀ ਉੱਗ ਗਏ ਨੇ, ਠੀਕ ਹੈ ਜੀ। ਅਤੇ ਇਹ ਸਾਡੇ ਪਪੀਤੇ ਨੇ, ਪਪੀਤੇ ਵੀ ਸਾਡੇ ਹੁਣ ਜਨਾਬ ਲੂ ਦੀ ਸ਼ਿੱਦਤ ਤੋਂ ਬਾਅਦ, ਲੂ ਦੀ ਸ਼ਿੱਦਤ ਤੋਂ ਬਾਅਦ, ਗਰਮੀ ਦੀ ਸ਼ਿੱਦਤ ਤੋਂ ਬਾਅਦ, ਇਹ ਬੜੇ ਪਿਆਰੇ ਅਤੇ ਬੜੇ ਖੂਬਸੂਰਤ ਅੰਦਾਜ਼ ਨਾਲ ਪੁੱਗਦੇ, ਠੀਕ ਹੈ। ਆਓ ਫਿਰ ਹੋਰ ਇੱਕ ਕੰਮ ਕਰੀਏ, ਅਤੇ ਆ ਜਾਓ ਉਸ ਸਾਈਡ ਨੂੰ, ਅਤੇ ਗਾਰਡਨ ਦੇ ਉਸ ਸਾਈਡ 'ਤੇ ਚਲੀਏ, ਚੱਲ ਕੇ ਅਤੇ ਉਹ ਵੀ ਕੰਮ ਅਸੀਂ ਕਰਕੇ ਵਿਖਾਈਏ। ਲਓ ਜੀ ਇਹਦੀ ਗੱਲ ਅਸਾਂ ਕੀਤੀ ਨਹੀਂ, ਕੱਦੂ ਸ਼ਰੀਫ ਦੀ, ਘੀਆ ਸ਼ਰੀਫ ਦੀ ਗੱਲ ਕੀਤੀ ਨਹੀਂ। ਘੀਆ ਸ਼ਰੀਫ ਗਰਮੀ ਦੀ ਸ਼ਿੱਦਤ ਨਾਲ ਬਹੁਤ ਹੀ ਜ਼ਿਆਦਾ, ਦੇਖੋ ਨਾ, ਜਲਿਆ ਸੀ, ਬਹੁਤ ਜ਼ਿਆਦਾ ਖਰਾਬ ਹੋ ਗਿਆ ਗਰਮੀ ਦੀ ਸ਼ਿੱਦਤ ਨਾਲ। ਹੁਣ ਅੱਲਾ ਪਾਕ ਨੇ ਅਤੇ ਬਾਰਿਸ਼ਾਂ ਪਾਈਆਂ ਨੇ, ਅਤੇ ਘੀਆ ਸ਼ਰੀਫ ਇਹ ਜੇ ਰਹਿਣਾ ਬੇਲਾਂ ਫਿਰ ਸਾਡੀਆਂ ਨਿਕਲ ਰਹੀਆਂ ਨੇ। ਵੇਖਣੇ ਆਇਆ ਕਿ ਇਹਨੂੰ ਫਲ ਲੱਗਦਾ ਕਿ ਨਹੀਂ ਲੱਗਦਾ, ਕਿਉਂ ਕਿ ਇਹਨੇ ਘੱਟ ਤੋਂ ਘੱਟ 25-30 ਦਿਨ ਸਾਨੂੰ ਫਰੂਟ ਬਿਲਕੁਲ ਹੀ ਨਹੀਂ ਦਿੱਤਾ, ਅਤੇ ਇਹ ਬੇਲ ਨੂੰ ਥੋੜ੍ਹਾ ਜਿਹਾ ਅਸੀਂ ਇਸ ਸਟੋਰੀ ਦੇ ਵਿੱਚ ਕਰੀਏ ਤਾਂ ਕਿ ਇਹ ਥੋੜ੍ਹਾ ਜਿਹਾ ਨਾ ਉੱਪਰ ਵੱਲ ਨੂੰ ਨਿਕਲੇ, ਠੀਕ ਹੈ ਜੀ। ਇਹਨੂੰ ਵੀ ਥੋੜ੍ਹਾ ਜਿਹਾ ਇਸ ਸਟੋਰੀ 'ਚ ਕਰੀਏ, ਇਹ ਵੀ ਸਾਡਾ ਉੱਪਰ ਵੱਲ ਨੂੰ ਨਿਕਲੇ, ਕਿਉਂ ਕਿ ਇੱਕ ਐਪ ਹੈ, ਠੀਕ ਹੈ ਜੀ। ਇਹਨੂੰ ਵੀ ਥੋੜ੍ਹਾ ਜਿਹਾ ਇਸ ਸਟੋਰੀ 'ਚ ਕਰੀਏ ਤਾਂ ਕਿ ਗਰੀਨਰੀ ਜਿਹੜੀ ਹੈ ਸਾਡੀ ਉਹ ਦੀਵਾਰ ਤੱਕ ਚਲੀ ਜਾਏ, ਅਤੇ ਜਦਕਿ ਜੇ ਚਲਿਆ ਗਈ ਤਾਂ ਠੀਕ ਹੈ, ਨਾ ਚਲੀ ਨਾ ਗਈ ਤਾਂ ਜਿਸ ਤਰ੍ਹਾਂ ਕਿ ਅਸੀਂ ਘੀਆ ਦਾ ਪਲਾਂਟ ਫਿਰ ਨਵੇਂ ਲਾਏ ਹੋਏ ਨੇ, ਅਸੀਂ ਦੁਬਾਰਾ ਫਿਰ ਘੀਆ ਦੇ ਪਲਾਂਟ ਨੂੰ ਲਾਵਾਂਗੇ ਇਨਸ਼ਾਅੱਲਾ ਇਨਸ਼ਾਅੱਲਾ। ਇਹ ਜਿਹੜੀਆਂ ਹੁਣ ਜਲੀਆਂ ਹੋਈਆਂ ਨੇ, ਇਹਦੀ ਸਪੋਰਟ ਨਾਲ ਹੀ ਕੋਸ਼ਿਸ਼ ਕਰਾਂਗੇ, ਅੱਲਾ ਅੱਗੇ ਦੁਆ ਕਰਾਂਗੇ ਅਤੇ ਸਾਡਾ ਪਲਾਂਟ ਜਿਹੜਾ ਨਾ ਮਜ਼ੀਦ ਚੱਲੇ, ਜਿਸ ਤਰ੍ਹਾਂ ਕਿ ਉਹ ਫੁੱਲ ਵੀ ਲੱਗਾ ਹੋਇਆ, ਠੀਕ ਹੈ ਜੀ। ਅਤੇ ਇਹ ਗਰਮੀ ਦੀ ਵਜ੍ਹਾ ਨਾਲ ਬਹੁਤ ਹੀ ਜ਼ਿਆਦਾ ਮੁਤਾਸਰ ਹੋ ਗਿਆ ਸੀ, ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਸੀ। ਆਓ ਫਿਰ ਚਲੀਏ ਉੱਧਰ ਚੱਲ ਕੇ, ਅਤੇ ਦੂਸਰਾ ਕੰਮ ਤੁਹਾਨੂੰ ਕਰਕੇ ਵਿਖਾਈਏ। ਲਓ ਜੀ ਮਾਸ਼ਾਅੱਲਾ ਅਲਹਮਦੁਲਿਲਾ, ਇਹ ਸਾਡੇ ਜਨਾਬ ਬੈਂਗਣ ਦੇ ਪਲਾਂਟ ਨੇ, ਅਤੇ ਇਹ F1 ਨੇ, ਯਾਨੀ ਕਿ ਫਰੂਟ 1 ਨੇ, ਹਾਈ ਬ੍ਰੈਡ ਵਰਾਇਟੀ ਦੇ ਨੇ। ਇਹਨਾਂ ਨੂੰ ਮੈਂ ਹਰ ਹਫ਼ਤੇ ਗੋਡਣਾ, ਅਤੇ ਇਹ ਜਿਹੜਾ ਮੈਂ ਛੋਟਾ ਜਿਹਾ ਨੰਨਾ ਮੁੰਨਾ ਇੱਕ, ਇਹ ਵੀ ਪੌਦਾ ਸਾਡਾ ਉੱਗਣ ਡਿਆ, ਇਹਦੇ ਨਾਲ ਥੱਲੇ ਜ਼ਮੀਨ 'ਚੋਂ ਪੱਤਾ ਨਿਕਲਦਾ ਪਿਆ, ਇਹ ਵਾਲਾ ਜ਼ਮੀਨ 'ਚੋਂ ਪੱਤਾ ਨਿਕਲਦਾ, ਇਹਨੂੰ ਅਸੀਂ ਖਰਾਬ ਨਹੀਂ ਕਰਨਾ ਤਾਂ ਕਿ ਗੋਡੀ ਅਸੀਂ ਕਰ ਦਿੱਤੀ ਹੈ, ਅਤੇ ਇਹ ਸਾਡਾ ਪਲਾਂਟ ਜ਼ਮੀਨ 'ਚੋਂ ਬਾਹਰ ਨਿਕਲ ਆਇਆ, ਅਤੇ ਅੱਛੇ ਤਰੀਕੇ ਨਾਲ ਚੱਲ ਰਿਹਾ। ਅੱਗੇ ਇਹ ਵੀ ਹੈ, ਇਹਦੀ ਵੀ ਗੋਡੀ ਅਸੀਂ ਕਰ ਲੈਂਦੇ ਹਾਂ, ਠੀਕ ਹੈ ਜੀ। ਇਹਦੇ ਵਿੱਚ ਕੋਈ ਚੀਜ਼ ਵੀ ਨਹੀਂ, ਇਹਦੇ 'ਚ ਕੋਈ ਚੀਜ਼ ਨਹੀਂ, ਇਹਦੇ 'ਚ ਅਸੀਂ ਕਰਾਂਗੇ ਕੰਮ ਹੋਰ, ਤੁਸੀਂ ਰਹਿਣਾ ਮੇਰੇ ਨਾਲ ਨਾਲ। ਹੋਰ ਦਾ ਮਤਲਬ ਇਹ ਕਿ ਇਹ 'ਚ ਹੋਰ ਕੋਈ ਪਲਾਂਟ ਲਾਉਂਦੇ ਹਾਂ, ਇਹਦੇ 'ਚ ਵੀ ਕੋਈ ਚੀਜ਼ ਨਹੀਂ, ਇਹਨੂੰ ਵੀ ਅਸੀਂ ਗੋਡਨੇ ਹਾਂ, ਗੋਡ ਕੇ ਅਤੇ ਇਹਦੇ ਵਿੱਚ ਵੀ ਅਸੀਂ ਪੌਦਾ ਹੋਰ ਲਾਵਾਂਗੇ, ਠੀਕ ਹੈ ਜੀ। ਪਿਛਲੇ ਐਪੀਸੋਡ 'ਚ ਦੋਸਤੋ, ਪਿਛਲੇ ਜਿਹੜਾ ਗੁਜ਼ਰ ਗਿਆ ਐਪੀਸੋਡ, ਉਹਦੇ ਵਿੱਚ ਮੈਂ ਇਹ ਮਿਰਚੀ ਦਾ ਪਲਾਂਟ ਲਾਇਆ ਸੀ। ਮਾਸ਼ਾਅੱਲਾ ਅਲਹਮਦੁਲਿਲਾ, ਬਹੁਤ ਹੀ ਖੂਬਸੂਰਤੀ ਨਾਲ ਸਾਡਾ ਮਿਰਚੀ ਦਾ ਪਲਾਂਟ ਚੱਲਿਆ। ਇੱਕ ਹੈ ਪੱਥਰ ਚੜ੍ਹ ਦੀ ਸਾਡੇ ਕੋਲ ਵਰਾਇਟੀ ਹੈ, ਇਹ ਵਾਲੀ, ਠੀਕ ਹੈ ਜੀ। ਲਓ ਦੋਸਤੋ ਇਹ ਸਾਡੇ ਦੇਸੀ ਪੱਥਰ ਚੜ੍ਹ ਨੇ। ਪੱਥਰ ਚੜ੍ਹ ਦੀਆਂ ਦੋਸਤੋ ਕਾਫੀ ਵਰਾਇਟੀ ਹੁੰਦੀਆਂ ਨੇ, ਦੇਸੀ ਪੱਥਰ ਚੜ੍ਹ ਦਾ ਪਲਾਂਟ ਹੈ, ਠੀਕ ਹੈ। ਇਹ ਸਾਡੇ ਉੱਗੇ ਨੇ ਪੱਤੇ ਤੋਂ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਇਹਨੂੰ ਅਸੀਂ ਇਸ ਤਰ੍ਹਾਂ ਖੇਰ ਕੇ, ਬਾਰਿਸ਼ਾਂ ਦੇ ਦਿਨ ਨੇ ਅਤੇ ਅਲਹਮਦੁਲਿਲਾ ਅੱਲਾ ਸੁਣੇ ਦੇ ਫਜ਼ਲ ਨਾਲ, ਮਾਲਕ ਸੁਣੇ ਦੀ ਰਹਿਮਤ ਨਾਲ, ਅਤੇ ਪਲਾਂਟ ਸਾਡੇ ਨੂੰ ਕੁਛ ਨਹੀਂ ਹੁੰਦਾ। ਹੁਣ ਸੀਜ਼ਨ
ਜਿਹੜਾ ਨਾ ਰਾਤ ਨੂੰ ਤਰੇਲ ਪੈਂਦੀ ਹੈ, ਨਮੀ ਹੁੰਦੀ ਹੈ, ਸ਼ਬਨਮ ਹੁੰਦੀ ਹੈ, ਤਾਂ ਪਰੇਸ਼ਾਨੀ ਕੋਈ ਨਹੀਂ ਲੈਣੀ, ਬਿਸਮਿਲ੍ਲਾਹ ਰਹਿਮਾਨ ਰਹੀਮ, ਤੂੰ ਹੀ ਰੱਬ ਮਾਲਕ ਕਰਮ ਕਰਨ ਵਾਲਾ। ਲਓ ਜੀ, ਇੱਕ ਪੱਥਰ ਜਾਂ ਟਹੀ ਪਲਾਂਟ ਇਹ ਲਾ ਦਿੱਤਾ ਅਤੇ ਇੱਕ ਇਹ ਲਾਇਆ, ਅਤੇ ਇਹ ਜਿਹਦੇ ਵਿੱਚੋਂ ਮੈਂ ਕੱਢਿਆ, ਇਹ ਤੁਹਾਨੂੰ ਪਤਾ ਕੀ ਹੈ, ਇਹ ਜ਼ਾਫਰਾਨ ਹੈ ਸਾਡੇ ਮੁਲਕ ਦਾ, ਸਾਡੇ ਮੁਲਕ ਦਾ, ਸਾਡੇ ਇੱਧਰ ਪੰਜਾਬ ਦਾ ਜ਼ਾਫਰਾਨ ਇਹਨੂੰ ਕਹਿੰਦੇ ਨੇ। ਇਹ ਜੋ ਫੁੱਲ ਆਉਂਦੇ ਨੇ ਬਹੁਤ ਹੀ ਪਿਆਰੇ, ਸਾਉਣ ਭਾਦਰੋਂ 'ਚ ਵੀ ਫੁੱਲ ਆਉਂਦੇ ਨੇ, ਸਾਵਣ ਭਾਦਰੋਂ 'ਚ ਵੀ ਫੁੱਲ ਆਉਂਦੇ ਨੇ ਇਹਨੂੰ, ਅਤੇ ਯਾਨੀ ਕਿ ਪੰਜ ਅੱਠਵਾਂ ਨੌਵਾਂ ਮਹੀਨਾ ਇਹਨੂੰ ਫੁੱਲ ਆਉਂਦੇ ਨੇ, ਅਤੇ ਫਿਰ ਉਸ ਤੋਂ ਬਾਅਦ ਜਨਾਬ ਇਹਨੂੰ ਫਰਵਰੀ ਮਾਰਚ 'ਚ ਵੀ ਫੁੱਲ ਆਉਂਦੇ ਨੇ, ਇਹ ਜਿਹੜਾ ਪਲਾਂਟ ਹੈ। ਠੀਕ, ਇਹਦੇ ਵਿੱਚ ਇੱਕ ਛੋਟਾ ਜਿਹਾ ਪਲਾਂਟ ਵੀ ਸਾਡਾ ਹੈਗਾ, ਇਹ ਛੋਟਾ ਜਿਹਾ ਪਲਾਂਟ ਵੀ ਹੈਗਾ, ਇਹ ਵੀ ਅਸੀਂ ਨਾ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਮੱਟੀ ਦੇ ਵਿੱਚ, ਉਹਦੇ ਵਿੱਚ ਮੱਟੀ 'ਚ ਲਾ ਲਈਏ, ਅਤੇ ਮੱਟੀ ਚੱਲ ਕੇ ਹੁਣ ਉਧਰੋਂ ਲੈਂਦੇ ਹਾਂ। ਚਲੋ ਆਓ ਚੱਲੀਏ। ਲਓ ਜੀ, ਜ਼ਖੀਰੇ ਮੱਟੀ ਦੀ ਆਹੀ ਨਿਸ਼ਾਨੀ ਹੁੰਦੀ ਹੈ, ਜਿੱਥਾਂ ਕਿ ਸਾਡੀ ਆ ਮੱਟੀ ਦੇ ਉੱਤੇ ਦੇਖੋ ਕਿੰਨੀ ਬੂਟੀ ਉੱਗੀ ਹੈ, ਘਾਸ ਫੂਸ ਉੱਗ ਗਈ ਹੈ, ਬਾਰਿਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਅਤੇ ਅਲਹਮਦੁਲਿਲਾ ਇਹ ਜ਼ਖੀਰੇ ਮੱਟੀ ਦੀ ਇਹ ਨਿਸ਼ਾਨੀ ਹੁੰਦੀ ਹੈ। ਲਓ ਜੀ, ਅਸੀਂ ਇਸ ਪਲਾਂਟ ਨੂੰ, ਇਹ ਵੀ ਪੱਥਰ ਚੜ ਪਲਾਂਟ ਹੈ, ਅਤੇ ਇਹ ਪਿਓਰ ਦੇਸੀ ਪੱਥਰ ਚੜ ਪਲਾਂਟ ਹੈ, ਜਿਹੜੀ ਹਕੀਮ ਲੋਕ ਦੱਸਦੇ ਨੇ ਨਾ, ਬਾਜ਼ੁਕਾਤ ਹਕੀਮ ਲੋਕ ਦੱਸਦੇ ਨੇ, ਤਬੀਬ ਲੋਕ ਦੱਸਦੇ ਨੇ ਕਿ ਜੀ ਤੁਸੀਂ ਪੱਥਰ ਚੜ ਦਾ ਪੱਤਾ ਲੈਣਾ, ਅਤੇ ਤੁਸੀਂ ਗੁਰਦੇ ਦੀ ਦਰਦ ਵਾਸਤੇ, ਗੁਰਦੇ ਦੀ ਪੱਥਰੀ ਵਾਸਤੇ, ਮਸਾਨੇ ਦੀ ਦਰਦ ਵਾਸਤੇ, ਇਹ ਜਿਹੜੇ ਨੇ ਯਾਨੀ ਕਿ ਪੇਟ ਦੀਆਂ ਆਂਤੀਆਂ ਦੀਆਂ ਬਿਮਾਰੀਆਂ ਵਾਸਤੇ ਬਹੁਤ ਹੀ ਜ਼ਿਆਦਾ ਮੁਫੀਦ ਅਤੇ ਕਾਬਲ ਹੁੰਦੇ, ਜਿਸ ਤਰ੍ਹਾਂ ਕਿ ਅੱਗੇ ਦੱਸਿਆ। ਅੱਗੇ ਮੈਂ ਪਹਾੜੀ ਪੱਥਰ ਚੜ ਦੀਆਂ ਕੋਂਬਲਾਂ ਲਾਈਆਂ ਨੇ, ਅਤੇ ਅੱਜ ਪਲਾਂਟ ਅਸੀਂ ਦੇਸੀ ਪੱਥਰ ਚੜ ਦੇ ਲਾ ਰਹੇ ਹਾਂ। ਠੀਕ ਹੈ, ਤਿੰਨ ਪਲਾਂਟ ਅਸੀਂ ਇਹ ਵੀ ਬਦਲ ਦਿੱਤੇ ਨੇ। ਆਓ ਜੀ, ਚਲੀਏ ਉੱਥੇ ਰੱਖ ਕੇ ਇਹਨਾਂ ਨੂੰ ਪਾਈਏ ਪਾਣੀ। ਪਾਣੀ ਕੀ ਪਾਉਣਾ, ਪਾਣੀ ਮੇਰੇ ਛੋਟੇ ਸਾਹਿਬਜ਼ਾਦੇ ਨੇ ਪਾ ਦਿੱਤਾ ਇਹਨੂੰ, ਇਹ ਇੱਕ ਪਲਾਂਟ ਨੂੰ ਲਿਆ ਕੇ ਪਾਣੀ ਪਾ ਦਿੱਤਾ ਅਸੀਂ। ਠੀਕ ਹੈ ਜੀ, ਲਓ ਹੁਣ ਅਸੀਂ ਨਾ ਇੱਥੇ ਬਹਿੰਦੇ ਹਾਂ ਅਤੇ ਬਹਿ ਕੇ ਇਹਦੀ ਕਰੀਏ ਗੋਡੀ ਸਫਾਈ। ਇਹਦੇ ਵਿੱਚ ਸਾਡਾ ਪਲਾਂਟ ਕੋਈ ਵੀ ਨਹੀਂ ਤਕਰੀਬਨ, ਅਤੇ ਮੇਰਾ ਸਾਹਿਬ ਦਾ ਮਾਸ਼ਾਅੱਲਾ ਪਾਣੀ ਪਾਈ ਜਾ ਰਿਹਾ ਲਿਆ ਕੇ। ਠੀਕ ਹੈ ਜੀ, ਮੇਰੇ ਨਾਲ ਹੈਲਪ ਕਰਾ ਦਿੰਦੇ ਨੇ, ਅਤੇ ਆਪਣੇ ਕਿਚਨ ਗਾਰਡਨ ਦਾ ਇਹ ਵੀ ਖਿਆਲ ਮੇਰੇ ਨਾਲ ਨਾਲ ਰੱਖਦੇ ਨੇ, ਜੇ ਕਿਤੇ ਮੈਨੂੰ ਜਾਣਾ ਪੈ ਜੇ ਕੋਈ ਮਾਮਲਾ ਹੋ ਜਾਣ, ਅਤੇ ਜਿਸ ਤਰ੍ਹਾਂ ਕਿ ਪਾਣੀ ਪਿਛਲੇ ਦਿਨਾਂ 'ਚ ਬਹੁਤ ਹੀ ਸ਼ਿੱਦਤ ਨਾਲ ਚਾਹੀਦਾ ਸੀ ਪਲਾਂਟਾਂ ਨੂੰ, ਅਤੇ ਜਨਾਬ ਇਹਨਾਂ ਨੇ ਕੀਤਾ ਵੀ ਹੈਗਾ। ਲਓ ਵੀਵਰਸ, ਇਹ ਸਾਡਾ ਮਿਰਚੀ ਦੇ ਪਲਾਂਟ ਨੇ, ਇਹਨਾਂ ਮਿਰਚੀ ਅਸਾਂ ਕਾਫੀ ਤੋਰ ਕੇ ਲਾਈਆਂ, ਲਾਈਆਂ ਨੇ, ਖਾਧੀਆਂ ਨੇ, ਇਸਤੇਮਾਲ ਕੀਤੀਆਂ ਨੇ, ਹੁਣ ਨਵੀਆਂ ਮਿਰਚੀਆਂ ਨੇ ਇਨਸ਼ਾਅੱਲਾ ਆਉਣਗੀਆਂ। ਅਤੇ ਲਓ, ਇਹ ਵੀ ਸਾਡਾ ਇੱਕ ਟਮਾਟਰ ਦਾ ਪਲਾਂਟ, ਉਹਦੀ ਉਮਰ ਖਤਮ ਹੋ ਗਈ, ਅਤੇ ਟਮਾਟਰ ਦਾ ਪਲਾਂਟ ਸਾਡਾ ਇਹਦੇ ਵਿੱਚ ਜਿਹੜਾ ਨਾ ਖਰਾਬ ਹੋ ਗਿਆ ਅਤੇ ਜਲ ਗਿਆ, ਯਾਨੀ ਕਿ ਉਮਰ ਉਹਦੀ ਖਤਮ ਹੋ ਗਈ ਨਾ, 120 ਦਿਨ 150 ਦਿਨ ਉਮਰ ਹੁੰਦੀ ਹੈ ਟਮਾਟਰ ਦੇ ਪਲਾਂਟ ਦੀ। ਠੀਕ ਹੈ, ਉਹਨੇ ਟਮਾਟਰ ਸਾਨੂੰ ਬੜੇ ਅੱਛੇ ਤਰੀਕੇ ਨਾਲ ਦਿੱਤੇ, ਦੇ ਕੇ ਅਤੇ ਬਾਅਦ 'ਚ ਫਿਰ ਉਹ ਐਕਸਪਾਇਰ ਹੋ ਗਿਆ, ਖਤਮ ਹੋ ਗਿਆ। ਲਓ ਜੀ, ਅਸੀਂ ਇਹਨੂੰ ਇੱਥੇ ਰੱਖ ਰਹੇ ਹਾਂ, ਇੱਕ ਇਹ ਵੀ ਗਮਲਾ ਸਾਡਾ, ਇਹਨੂੰ ਇੱਥੇ ਰੱਖਣਾ, ਇਹਨੂੰ ਅਸੀਂ ਅੱਛੇ ਤਰੀਕੇ ਨਾਲ ਗੋਡੀ ਕਰਕੇ ਅਤੇ ਨਵੇਂ ਪਲਾਂਟ ਲਾਉਂਦੇ ਹਾਂ ਇਨਸ਼ਾਅੱਲਾ ਇਨਸ਼ਾਅੱਲਾ। ਦੋਸਤੋ, ਮੈਂ ਅਲਹਮਦੁਲਿਲਾ ਜਿੱਥਾਂ ਕਿ ਤੁਸੀਂ ਮੇਰੇ ਜਿਹੜੇ ਨਵੇਂ ਵੀਵਰਸ ਨੇ ਉਹਨਾਂ ਵਾਸਤੇ ਵਾਰ ਵਾਰ ਇਹ ਗੱਲ ਕਰੀ ਦੀ ਹੈ ਕਿ ਮੇਰ ਅਲਹਮਦੁਲਿਲਾ ਅੱਲਾਹ ਦੇ ਫਜ਼ਲ ਨਾਲ, ਜਿਸ ਤਰ੍ਹਾਂ ਕਿ ਤੁਸੀਂ ਵੇਖ ਰਹੇ ਹੋ ਕਿ ਇਹਦੇ ਉੱਤੇ ਲਿਖਿਆ ਹੋਇਆ ਵੈ ਟਾਈਟਲ 'ਤੇ 53, ਐਪੀਸੋਡ ਨੰਬਰ 53, ਅਤੇ ਐਪੀਸੋਡ ਨੰਬਰ 53 ਤੋਂ ਪਹਿਲੇ ਜਿਹੜੇ ਐਪੀਸੋਡ ਡਾਊਨਲੋਡ ਕੀਤੇ ਨੇ, ਅਪਲੋਡ ਕੀਤੇ ਨੇ, ਉਹ ਤੁਹਾਡੇ ਤੱਕ ਇਨਸ਼ਾਅੱਲਾ ਇਨਸ਼ਾਅੱਲਾ ਮੇਰੇ ਚੈਨਲ ਦੀ ਆਈ ਡੀ 'ਚ ਜਾਓਗੇ ਅਤੇ ਤੁਹਾਨੂੰ ਬੜੇ ਤਰੀਕੇ ਨਾਲ ਅਤੇ ਬੜੇ ਸੋਹਣੇ ਅੰਦਾਜ਼ ਨਾਲ ਮਿਲਣਗੇ। ਲਓ ਜੀ, ਇਹ ਸਾਡੀਆਂ ਮਿਰਚੀ ਦੇ ਪੌਦੇ ਨੇ, ਹੁਣ ਇਹਨਾਂ ਨੂੰ ਖੇਰਨੇ ਆ, ਬਿਸਮਿਲ੍ਲਾ ਯਾ ਹਈਓ ਯਾ ਕਈਓ। ਇਹ ਸਾਡੇ ਮਿਰਚੀ ਦੇ ਪੌਦੇ ਨੇ, ਇਹਨਾਂ ਨਾਲ ਨਵੀਆਂ ਜੜ੍ਹਾਂ ਨਿਕਲ ਰਹੀਆਂ ਨੇ, ਇਹ ਵੇਖੋ ਕੋਲੀਆਂ ਕੁਲੀਆਂ ਸੋਫਟੀ ਸੋਫਟੀ ਜੜ੍ਹਾਂ ਨਿਕਲਣੀ, ਇਹ ਸਾਰਾ ਬਾਰਿਸ਼ ਦਾ ਕਮਾਲ ਹੈ ਅਤੇ ਰੱਬ ਸੋਨੇ ਦਾ ਕਰਮ ਹੈ। ਇਹਦੇ ਵਿੱਚ ਅਸੀਂ ਆਪਣੇ ਪਲਾਂਟ ਨੂੰ ਇਹਦੇ ਵਿੱਚ ਲਾਉਂਦੇ ਹਾਂ, ਅਤੇ ਬਾਈ ਪੁੱਤਰ ਜੀ ਪਾਣੀ ਹੋਰ ਲਿਆਓ ਅਤੇ ਇਹਨਾਂ ਪਲਾਂਟਾਂ ਨੂੰ ਵੀ ਲਾਈ ਜਾਈਏ ਨਾਲ ਨਾਲ। ਇਹ ਛੋਟਾ ਜਿਹਾ ਪਲਾਂਟ ਸੀ ਉਹ ਨਹੀਂ ਮਿਲਾਇਆ, ਅਸੀਂ ਵੱਡੇ ਵੱਡੇ ਲਾਉਂਦੇ ਹਾਂ, ਕਿਉਂ ਇਸ ਸੀਜ਼ਨ ਦਾ ਆਖਰੀ ਪਲਾਂਟ ਜਿਹੜੇ ਅਸੀਂ ਲਾਉਣੇ ਨੇ ਹੁਣ ਲਾਉਣੇ ਨੇ, ਅਤੇ ਇਸ ਤੋਂ ਬਾਅਦ ਫਿਰ ਸਰਦੀ ਆ ਜਾਣੀ ਹੈ, ਫਿਰ ਫਰੂਟ ਜਿਹੜੇ ਨੇ ਮਿਰਚੀ ਦੇ ਪਲਾਂਟ ਉਹ ਆਊਟਡੋਰ ਨਹੀਂ ਲੱਗਣੇ, ਟਰਨਲ ਤੋਂ ਹਟ ਕੇ ਨਹੀਂ ਲੱਗਣੇ। ਠੀਕ ਹੈ ਜੀ,
ਅਸੀਂ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਅੱਛੇ ਪਲਾਂਟ ਨੇ, ਜਰਾ ਸੋਹਣੇ ਸੁਥਰੇ ਨੇ, ਵੱਡੇ ਵੱਡੇ ਨੇ, ਉਹ ਲਾ ਲਈਏ ਅਤੇ ਫਿਰ ਇਹ ਸਾਨੂੰ ਫਰੂਟ ਪਤਾ ਕਿਹੜੇ ਦਿਨਾਂ 'ਚ ਦੋਸਤੋ ਦੇਣਗੇ, 9ਵੇਂ 10ਵੇਂ 11ਵੇਂ ਮਹੀਨੇ ਤੱਕ ਓਪਨ ਫਰੂਟ ਦੇਣਗੇ ਇਨਸ਼ਾਅੱਲਾ ਇਨਸ਼ਾਅੱਲਾ ਬਫਜ਼ਲੇ ਜ਼ਿੰਦਗੀ ਅੱਲਾ ਨੇ ਜੇ ਮੌਕਾ ਦਿੱਤਾ। ਇਹ ਮੈਂ ਲਾਈ ਜਾ ਰਿਹਾ। ਕਿੰਨੇ ਪਲਾਂਟ ਲਾਏ ਨੇ ਅਸੀਂ? 1, 2, 3, 4 ਇਹ ਸਾਡਾ ਪਹਿਲਾਂ ਦਾ ਲਗਾ ਹੋਇਆ 4, ਇਹਨੂੰ ਵੀ ਅਸੀਂ ਗੋਡੀ ਕਰ ਦਿੰਦੇ ਹਾਂ ਥੋੜ੍ਹੀ ਜਿਹੀ। ਚਾਰ ਅਤੇ ਇੱਕ ਹੋਰ ਪਲਾਂਟ ਇੱਥੋਂ ਖੇਰਨੇ ਆ, ਖੇਰ ਕੇ ਇਹ ਸਾਡੇ ਮਿਰਚੀ ਦੇ ਪਲਾਂਟ ਨੇ। ਠੀਕ ਹੈ ਦੋਸਤੋ, ਲਓ ਜੀ ਇਹ ਵੀ ਅਸੀਂ ਇੱਕ ਹੋਰ ਲਾ ਦਿੱਤਾ। ਸਾਡਾ ਲਿੰਬੂ ਦਾ ਪਲਾਂਟ ਬਹੁਤ ਹੀ ਜ਼ਿਆਦਾ ਡੈਮੇਜ ਹੋ ਗਿਆ ਸੀ, ਬਹੁਤ ਜ਼ਿਆਦਾ ਮੁਤਾਸਰ ਹੋ ਗਿਆ ਸੀ, ਅਤੇ ਇਹਨੂੰ ਅਸੀਂ ਕੱਟਿਆ। ਕੱਟਣ ਤੋਂ ਬਾਅਦ ਹੁਣ ਅਲਹਮਦੁਲਿਲਾ ਇਹ ਦੀਆਂ ਨਵੀਆਂ ਕੌਂਪਲਾਂ ਨਿਕਲਦੀਆਂ ਅਤੇ ਇਹਨੂੰ ਅੱਜ ਗੋਡੀ ਵੀ ਅਸੀਂ ਕਰ ਦਿੰਦੇ ਹਾਂ ਹੁਣ, ਕਿਉਂਕਿ ਮੱਟੀ ਬਹੁਤ ਹੀ ਜ਼ਿਆਦਾ ਨਰਮ ਹੋ ਗਈ ਹੈ। ਅੱਛੀ ਮੱਟੀ ਹੈ, ਯਾਨੀ ਕਿ ਰੰਬੀ ਦੇ ਕਾਬਲ ਹੈ, ਰੰਬੀ ਦਾਤਰੀ ਦੇ ਯਾਨੀ ਕਿ ਕਾਬਲ ਹੈ, ਗੋਡੀ ਦੇ ਕਾਬਲ ਹੋ ਗਈ ਹੈ ਇਹ ਮੱਟੀ, ਅਤੇ ਇਹਨੂੰ ਜ਼ਰਾ ਗੋਡੀ ਕਰਾਂਗੇ ਅਤੇ ਗੋਡੀ ਕਰਕੇ ਅਤੇ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਨੇ ਜ਼ਿੰਦਗੀ ਦਿੱਤੀ ਅਤੇ ਇਹਦੇ ਕੋਲ ਵੀ ਅਸੀਂ ਫਰੂਟ ਵੀ ਲਵਾਂਗੇ ਅਤੇ ਇਹਦੇ ਕੋਲੋਂ ਗ੍ਰੀਨਰੀ ਵੀ ਲਵਾਂਗੇ ਅਤੇ ਘਰ ਦਾ ਹੁਸਨ ਵੀ ਇਨਸ਼ਾਅੱਲਾ ਇਹ ਬਣਾਏਗਾ ਸਾਡਾ। ਲਓ ਜੀ ਇਸ ਤਰ੍ਹਾਂ ਹੀ ਨਾ ਇਹਨੂੰ ਕਰ ਦਿੱਤੀ ਗੋਡੀ। ਠੀਕ ਹੈ ਜੀ, ਇਹ ਪਲਾਂਟ ਜਿਹੜਾ ਨਾ ਇਹ ਸਾਡਾ ਗਰਮੀ ਦੀ ਵਜ੍ਹਾ ਨਾਲ ਖਰਾਬ ਹੋ ਗਿਆ, ਇਹਨੂੰ ਅਸੀਂ ਥੋੜ੍ਹੀ ਜਿਹੀ ਗੋਡੀ ਕਰਾਂਗੇ ਤਾਂ ਕਿ ਸਾਡਾ ਜੇ ਅੱਛੇ ਤਰੀਕੇ ਨਾਲ ਹੋ ਜਾਵੇ ਤਾਂ ਠੀਕ ਹੈ, ਨਾ ਹੋਇਆ ਤਾਂ ਅਗਲੇ ਹਫ਼ਤੇ ਇਨਸ਼ਾਅੱਲਾ ਇਨਸ਼ਾਅੱਲਾ ਜੇ ਹੋ ਗਿਆ ਸਹੀ ਤਾਂ ਠੀਕ ਹੈ, ਨਾ ਹੋਇਆ ਤਾਂ ਫਿਰ ਅਗਲੇ ਹਫ਼ਤੇ ਇਹਦਾ ਇਲਾਜ ਕਿਉਂ ਕਰਾਂਗੇ, ਇਹਨੂੰ ਫੜ ਕੇ ਕਿਤੇ ਸ਼ਿਫਟ ਕਰਾਂਗੇ ਪੌਦੇ ਨੂੰ, ਇਹਦੇ ਵਿੱਚ ਹੋਰ ਕੋਈ ਪੌਦਾ ਇਹਦੇ 'ਚ ਲਾ ਦੇਵਾਂਗੇ। ਲਓ ਜੀ ਦੋਸਤੋ, ਸਾਡਾ ਹੁਣ ਕੈਮਰਾ ਮੈਨੇਜਰ ਰਹਿਣਾ, ਅਸੀਂ ਉਹਦੇ ਅੱਗੇ ਗੁਜ਼ਾਰਿਸ਼ ਇਹ ਕਰਨੇ ਹਾਂ ਕਿ ਜ਼ਰਾ ਇੱਥੋਂ ਰੱਖ ਕੇ ਦੂਰ ਹੀ ਤੋਂ ਸਾਰੇ ਸਾਡੇ ਕਿਚਨ ਗਾਰਡਨ ਦਾ ਛੋਟਾ ਜਿਹਾ ਕਿਚਨ ਗਾਰਡਨ ਹੈ ਤਾਂ ਸਾਰੇ ਦਾ ਵਿਊ ਕਰਾਏ, ਤੁਹਾਨੂੰ ਸਾਰੇ ਦਾ ਵਿਜ਼ਿਟ ਕਰਾਏ। ਅਤੇ ਅਲਹਮਦੁਲਿਲਾ ਸਾਡੇ ਕੋਲ ਇਸ ਟਾਈਮ ਪਾਲਕ ਵੀ ਲੱਗੀ ਹੋਈ ਹੈ, ਧਨੀਆ ਵੀ ਬੀਜਿਆ ਹੋਇਆ, ਅਤੇ ਅਲਹਮਦੁਲਿਲਾ ਅੱਲਾ ਦੇ ਫਜ਼ਲ ਨਾਲ ਕਰੇਲਾ, ਭਿੰਡੀ, ਪਾਲਕ, ਮਿਰਚੀ ਦਾ ਪਲਾਂਟ, ਬੈਂਗਣ ਦਾ ਪਲਾਂਟ, ਪਪੀਤੇ ਦਾ ਪਲਾਂਟ, ਐਲੋਵੇਰਾ ਦਾ ਪਲਾਂਟ, ਫਿਰ ਜਨਾਬ ਪੁਦੀਨੇ ਦਾ ਪਲਾਂਟ, ਫਿਰ ਜਨਾਬ ਤੁਲਸੀ, ਰਿਹਾਨ, ਠੀਕ ਹੈ ਜੀ, ਇਹ ਪਲਾਂਟ ਲਾਏ ਨੇ। ਅੱਗੋਂ ਨਵੇਂ ਵੈਜੀਟੇਬਲ ਜਿਹੜੇ ਨੇ, ਯਾਨੀ ਕਿ ਮੌਸਮ ਗਰਮੀ ਦੇ ਤਾਂ ਸਰਦੀ ਦਰਮਿਆਨ ਹੋਏਗਾ, ਅਤੇ ਫਿਰ ਦੂਸਰੇ ਪਲਾਂਟ ਵੀ ਜਿਹੜੇ ਨੇ ਉਹ ਵੀ ਅਸੀਂ ਹੁਣ ਸ਼ਿਫਟ ਕਰਨੇ ਸ਼ੁਰੂ ਕਰ ਦਿੱਤੇ ਨੇ, ਉਹਨਾਂ ਦੇ ਬੀਜ ਵੀ ਲਾਉਣੇ ਸ਼ੁਰੂ ਕਰ ਦਿੱਤੇ ਨੇ। ਠੀਕ ਹੈ, ਜਿਸ ਤਰ੍ਹਾਂ ਕਿ ਅੱਗੋਂ ਇਨਸ਼ਾਅੱਲਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਬੈੱਲ ਆਈਕਨ ਦੇ ਬਟਨ ਦਬਾਓਗੇ, ਸਾਡੇ ਨਾਲ ਸ਼ੇਅਰ ਕਰੋਗੇ ਅਤੇ ਸਾਡੇ ਨਾਲ ਸਾਡਾ ਸਾਥ ਦਿਓਗੇ, ਸਾਨੂੰ ਸਪੋਰਟ ਕਰੋਗੇ ਨਾ, ਅਤੇ ਇਨਸ਼ਾਅੱਲਾ ਇਨਸ਼ਾਅੱਲਾ ਬਫਜ਼ਲੇ ਜ਼ਿੰਦਗੀ ਤੁਹਾਨੂੰ ਸੋਹਣੇ ਸੁਥਰੇ ਆਈਡੀਆ ਦੇਵਾਂਗੇ। ਤੇ ਵਾਲਾ ਕਾਹਦੇ ਆਈਡੀਆ, ਅੱਗੋਂ ਕਾਹਦੇ ਦੇਵਾਂਗੇ, ਕਿਤੇ ਗੋਂਗਲੂ ਲਾਵਾਂਗੇ ਜਿਹਨੂੰ ਸ਼ਲਜਮ ਕਹਿੰਦੇ ਨੇ, ਕਿਤੇ ਮੂਲੀ ਲਾਵਾਂਗੇ, ਕਿਤੇ ਪਾਲਕ ਲਾਵਾਂਗੇ। ਠੀਕ ਹੈ ਜੀ, ਅਤੇ ਜਨਾਬ ਇਸ ਤਰ੍ਹਾਂ ਦੇ ਪਲਾਂਟ ਲਾ ਕੇ ਤੁਹਾਨੂੰ ਸੋਹਣੇ ਤਰੀਕੇ ਨਾਲ, ਬੜੇ ਅੱਛੇ ਅੰਦਾਜ਼ ਨਾਲ, ਸੋਹਣੇ ਤਰੀਕੇ ਨਾਲ ਸਰਸੋਂ ਬੀਜਾਂਗੇ ਆਪਣੀ ਇੱਥੇ ਕਿਚਨ ਗਾਰਡਨ 'ਚ, ਤੁਹਾਨੂੰ ਆਈਡੀਆ ਸੋਹਣੇ ਸੁਥਰੇ ਦਾਂਗੇ। ਅਤੇ ਮੈਂ ਪੁਰਾਣੇ ਆਈਡੀਆ ਦਿੱਤੇ ਵੀ ਹੈ ਨੇ ਅਲਹਮਦੁਲਿਲਾ, ਆਊਟ ਸੀਜ਼ਨ 'ਚ ਜਲਾਉਣ ਦਾ। ਦੁਆਵਾਂ 'ਚ ਯਾਦ ਰੱਖਣਾ ਹੈ ਆਪਣਾ ਅਤੇ ਆਪਣੇ ਪਿਆਰ ਦਾ ਖਿਆਲ ਰੱਖਣਾ। ਇਨਸ਼ਾਅੱਲਾ ਇਨਸ਼ਾਅੱਲਾ ਬਫਜ਼ਲੇ ਜ਼ਿੰਦਗੀ ਦੁਬਾਰਾ ਫਿਰ ਮੁਲਾਕਾਤ ਹੋਏਗੀ ਉਨੀ ਦੇਰ ਤੱਕ ਆਪਣੇ ਪਿਆਰੇ, ਆਪਣੇ ਮੇਜ਼ਬਾਨ ਨੂੰ ਦਿਓ ਇਜਾਜ਼ਤ ਅਤੇ ਮੇਰੇ ਬੇਟੇ ਨੂੰ ਦਿਓ ਇਜਾਜ਼ਤ ਜਿਹਨੇ ਮੇਰੀ ਹੈਲਪ ਕਰਾਈ। ਠੀਕ ਹੈ ਜੀ, ਮਾੜੋ ਜੀ ਕੈਮਰਾ ਉਹਨਾਂ ਵੱਲ, ਆਓ ਜੀ ਆ ਗਏ ਨੇ। ਠੀਕ ਹੈ, ਸਾਨੂੰ ਦੋਵਾਂ ਪਿਓ ਪੁੱਤਰਾਂ ਨੂੰ ਦਿਓ ਇਜਾਜ਼ਤ, ਆਪਣਾ ਅਤੇ ਆਪਣੇ ਪਿਆਰੇ ਦਾ ਖਿਆਲ ਰੱਖਿਓ, ਸਾਡੀ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ। ਇਨਸ਼ਾਅੱਲਾ ਇਨਸ਼ਾਅੱਲਾ ਬਫਜ਼ਲੇ ਜ਼ਿੰਦਗੀ ਦੁਬਾਰਾ ਫਿਰ ਮੁਲਾਕਾਤ ਹੋਏਗੀ ਉਨੀ ਦੇਰ ਤੱਕ ਅੱਲਾ ਨਿਗਹਿਬਾਨ।